ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ ਅਤੇ ਰੇਡੀਓ ਪੰਜਾਬ ਟੂਡੇ 'ਤੇ। ਪ੍ਰੋਗਰਾਮ ਸ਼ਮਾਦਾਨ 'ਚ ਹੁਣ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ, ਮਿਹਰਬਾਨੀ ਦਲਵੀਰ ਜੀ, ਧੰਨਵਾਦ ਤੁਹਾਡਾ। ਬੜੇ ਲੰਬੇ ਸਮੇਂ ਬਾਅਦ ਅੱਜ ਤੁਹਾਡੇ ਨਾਲ ਪ੍ਰੋਗਰਾਮ ਕਰਨ ਦਾ ਸੰਯੋਗ ਬਣੇ। ਸਾਡੀ ਵੀ ਜ਼ਹਿਰਾ ਨਵਾਜ਼ੀ ਜੀ ਕਿ ਤੁਹਾਡੇ ਵਰਗੇ ਸੀਨੀਅਰ ਪੱਤਰਕਾਰ ਤੋਂ ਜਦੋਂ ਤੁਸੀਂ ਬੋਲਦੇ ਹੋ ਤਾਂ ਪਤਾ ਲੱਗਦਾ ਕਿ ਤਜ਼ਰਬਾ ਵੀ ਬੋਲ ਰਿਹਾ, ਅਤੇ ਪਤਾ ਲੱਗਦਾ ਕਿ ਖੋਜੀ ਪੱਤਰਕਾਰਤਾ ਹੁੰਦੀ ਕੀ ਹੈ। ਇਹ ਵੀ ਪਤਾ ਲੱਗਦਾ ਕਿ ਕਿਸ ਤਰੀਕੇ ਨਾਲ ਅਸੀਂ ਚੱਲਦੀਆਂ ਫਿਰਦੀਆਂ ਆਲੇ ਦੁਆਲੇ ਦੇ ਵਿੱਚ ਖਬਰਾਂ 'ਚੋਂ ਖਬਰ ਜਿਹੜੀ ਸਾਡੇ ਸਰੋਤਿਆਂ ਤੱਕ ਪਹੁੰਚਾਉਂਦੇ ਹਾਂ ਉਹਦੀ ਕਿੰਨੀ ਮਹੱਤਤਾ ਹੈਗੀ ਹੈ। ਅਤੇ ਲਓ ਫਿਰ ਇੱਕ ਮਹੱਤਤਾ ਵਾਲੀ ਗੱਲ ਤੋਂ ਪਹਿਲੀ ਖਬਰ ਜਿਹੜੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੀ। ਘੱਟ ਪੋਲਿੰਗ ਨੇ ਕਰਾਈਆਂ ਕਈਆਂ ਦੇ ਦਿਲਾਂ ਦੀ ਧੜਕਣ ਜਿਹੜੀ ਆ ਵਧਾ ਰੱਖੀ ਹੈ, ਅਤੇ ਇਹ ਸੰਗਰੂਰ ਜ਼ਿਮਨੀ ਚੋਣ ਆ ਜਿਹੜੀ, ਇਹਨੂੰ ਕਿਸ ਪੱਖ ਤੋਂ ਦੇਖ ਰਹੇ ਹੋ ਜੀ ਘੱਟ ਪੋਲਿੰਗ? ਦੇਖੋ, ਜਿੱਥੋਂ ਤੱਕ ਘੱਟ ਪੋਲਿੰਗ ਦਾ ਸਵਾਲ ਹੈ, ਘੱਟ ਪੋਲਿੰਗ ਕਿਉਂ ਹੁੰਦੀ ਹੈ ਜੀ? ਘੱਟ ਪੋਲਿੰਗ ਜਾਂ ਤਾਂ ਹੁੰਦੀ ਹੈ ਕਿ ਬਹੁਤ ਜ਼ਿਆਦਾ ਰੁਝੇਵੇਂ ਵਾਲਾ ਕੋਈ ਮਾਮਲਾ ਹੋਵੇ, ਜਾਂ ਇਸ ਗੱਲ ਦੇ ਉੱਤੇ ਹੁੰਦੀ ਹੈ ਕਿ ਕੋਈ ਨਾ ਕੋਈ ਦੁਖਾਂਤ ਵਾਪਰ ਗਿਆ ਹੋਵੇ ਕਿਸੇ ਇਲਾਕੇ 'ਚ ਵੱਡਾ, ਇਲੈਕਸ਼ਨ ਤੋਂ ਇੱਕ ਅੱਧਾ ਦਿਨ ਪਹਿਲਾਂ ਤਾਂ, ਜਾਂ ਕਈ ਵਾਰੀ ਬੜੀਆਂ ਭਿਆਨਕ ਬਿਮਾਰੀਆਂ ਫੈਲ ਜਾਂਦੀਆਂ। ਲੇਕਿਨ ਅੱਜ 100 ਦਿਨ ਹੋ ਗਏ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਦੇ ਜੀ। ਇਹ ਸਰਕਾਰ 'ਤੇ ਜੇ ਆਪਾਂ ਦੇਖੀਏ, ਅੱਜ ਤੋਂ 100 ਕੁ ਦਿਨ ਪਹਿਲਾਂ, ਸਰਕਾਰ ਦੇ ਬਣਨ ਤੋਂ ਪਹਿਲਾਂ ਜਦੋਂ ਵੋਟਾਂ ਪਈਆਂ ਸੀ ਤਾਂ ਕਿੰਨੇ ਉਤਸ਼ਾਹ ਨਾਲ ਪਈਆਂ ਸੀ ਜੀ। ਲੋਕਾਂ ਨੇ ਵੋਟਾਂ ਪਾਉਣ ਵੇਲੇ ਇਹ ਨਹੀਂ ਦੇਖਿਆ ਕਿ ਸਾਡਾ ਉਮੀਦਵਾਰ ਪੜ੍ਹਿਆ ਲਿਖਿਆ, ਅਨਪੜ੍ਹ ਹੈ, ਉਹ ਲੁੱਚਾ, ਲਫੰਗਾ ਹੈ, ਬੇਈਮਾਨ ਹੈ, ਇਮਾਨਦਾਰ ਹੈ, ਕੁਛ ਵੀ ਨਹੀਂ ਦੇਖਿਆ। ਲੋਕਾਂ ਨੇ ਦੇਖਿਆ ਕਿ ਇਹਦਾ ਚੋਣ ਨਿਸ਼ਾਨ ਕੀ ਹੈ, ਕਹਿੰਦੇ ਜੀ ਝਾੜੂ, ਬਸ ਝਾੜੂ ਫੇਰ ਦਿਓ, ਇੱਕੋ ਹੀ ਨਾਰਾ ਸੀ, ਝਾੜੂ ਫੇਰ ਦਿਓ, ਝਾੜੂ ਫੇਰ ਦਿਓ, ਝਾੜੂ ਫੇਰ ਦਿਓ ਜੀ। ਕੰਧਾਂ ਦੇ ਉੱਤੇ ਇਸ਼ਤਿਹਾਰ ਵੀ ਇਹ ਲੱਗੇ ਸੀ, ਕਿਤੇ ਜਾ ਕੇ ਗੱਲ ਕਰਦੇ ਸੀ, ਕੀ ਗੱਲ ਜੀ, ਬਸ ਝਾੜੂ, ਝਾੜੂ ਫੇਰ ਨੈਤ ਕੀ। ਕਈ ਵਾਰੀ ਜਦੋਂ ਤਰਕ ਬਤਰਕ ਕਰਦੇ, ਖੜ੍ਹ ਕੇ ਗੱਲਾਂ ਕਰਦੇ ਉਹਨਾਂ ਨਾਲ ਵੋਟਰਾਂ ਨਾਲ, ਵੀ ਝਾੜੂ ਫੇਰ ਨਾਲ ਕੀ ਹੋਜੂਗਾ ਜੀ, ਬਦਲਾਅ, ਕਹਿੰਦੇ ਸੀ ਬਦਲਾਅ ਚਾਹੀਦਾ ਜੀ, ਬਦਲਾਅ ਚਾਹੀਦਾ, ਬਹੁਤ ਹੋ ਗਿਆ ਹੁਣ, ਅਤੇ ਬਦਲਾਅ ਕਿਹੋ ਜਿਹਾ ਚਾਹੀਦਾ, ਬਦਲਾਅ ਪੋਜ਼ਿਟਿਵ ਹੋਊਗਾ। ਜਦੋਂ ਇਹ ਗੱਲ ਕਰਦੇ ਕਿ ਜੇ ਸਿਸਟਮ ਸਾਡੇ ਕੋਲ ਹੈਗਾ, ਅਸੀਂ ਕਰਪਟ ਸਿਸਟਮ ਦੇ ਉੱਤੇ ਬੈਠੇ ਹਾਂ, ਉਸ ਸਿਸਟਮ ਦੇ ਉੱਤੇ ਬੈਠੇ ਹਾਂ ਜਿਹੜਾ ਸਿਸਟਮ ਲੁੱਟ ਸੁੱਟ ਦੀ ਇਜਾਜ਼ਤ ਦਿੰਦਾ ਹੈ ਜੀ, ਅਤੇ ਫਿਰ ਭਲਿਓ ਮਾਨਸੋ ਬਦਲਾਅ ਕਿਵੇਂ ਹੋਊਗਾ। ਮਿਸਾਲ ਵੀ ਦਿੱਤੀ ਜਾਂਦੀ ਕਿ ਜੇ ਵਾਟਰ ਵਰਕਸ ਦੀ ਜਿਹੜੀ ਮੇਨ ਟੈਂਕੀ ਹੈ ਉਹਦੇ ਵਿੱਚ ਦੂਸ਼ਿਤ ਪਾਣੀ ਹੋਊਗਾ, ਗੰਧਲਾ ਪਾਣੀ ਹੋਊਗਾ, ਅਤੇ ਜਿੱਥੋਂ ਆਪਾਂ ਆਪਣੇ ਘਰਾਂ ਦੇ ਵਿੱਚ ਟੂਟੀਆਂ ਲਵਾਉਣੇ ਹੈ, ਉਹ ਟੂਟੀਆਂ ਕੋਈ ਪਿੱਤਲ ਦੀ ਲਵਾ ਲੈਂਦਾ, ਕੋਈ ਮੇਰੇ ਵਰਗਾ ਗਰੀਬ ਰਬੜ ਦੀ ਲਵਾ ਲੈਂਦਾ, ਅਤੇ ਜਿਹੜੇ ਵਾਲੇ ਅਮੀਰ ਹੁੰਦੇ ਹੈ, ਅਦਾਨੀ ਅੰਬਾਨੀ ਹੋਰੀ, ਉਹ ਸੋਨੇ ਦੀਆਂ ਟੂਟੀਆਂ ਵੀ ਲਵਾ ਲੈਂਦੇ ਹੈ ਜੀ। ਜੇ ਪਿਛਾਂ ਤੋਂ ਤੁਹਾਡਾ ਪਾਣੀ ਗੰਧਲਾ ਹੋਊਗਾ ਤਾਂ ਸੋਨੇ ਦੀਆਂ ਟੂਟੀਆਂ ਨਾਲ ਪਾਣੀ ਕਿਤੇ ਸਾਫ਼ ਨਹੀਂ ਹੁੰਦਾ, ਪਾਣੀ ਤਾਂ ਉਹੀ ਹੋਊਗਾ ਬਿਲਕੁਲ। ਜਦੋਂ ਇਹ ਉਹਨਾਂ ਨਾਲ ਗੱਲ ਕਰਦੇ ਤਾਂ ਲੋਕ ਕਹਿੰਦੇ ਹੁੰਦੇ ਸੀ ਕੋਈ ਗੱਲ ਨਹੀਂ, 70 ਸਾਲ ਹੋ ਗਏ, ਪਹਿਲਿਆਂ ਨੇ ਕਿਹੜਾ ਕੁਛ ਦਿੱਤਾ ਹੈ, ਪਹਿਲੇ ਖਾ ਗਏ ਲੁੱਟ ਗਏ, ਐਤਕੀ ਉਹਨਾਂ ਨੂੰ ਬਦਲ ਦੇਂਗੇ, ਜੇ ਨਾ ਚੱਲੇ ਤਾਂ ਫਿਰ ਇਹਨਾਂ ਨੂੰ ਬਦਲ ਦੇਂਗੇ ਜੀ, ਇਹ ਲੋਕ ਗੱਲ ਕਹਿੰਦੇ ਹੁੰਦੇ ਸੀ। ਮੇਰਾ ਜ਼ਿੰਦਗੀ ਦਾ ਤਜ਼ਰਬਾ ਇਹ ਹੈ, ਮੈਂ ਦੇਖਦਾ ਕਿ ਜਦੋਂ ਸਰਕਾਰਾਂ ਪ੍ਰਤੀ ਲੋਕਾਂ ਦੇ ਅੰਦਰ ਨਿਰਾਸ਼ਾ ਪੈਦਾ ਹੁੰਦੀ ਹੈ ਜੀ, ਉਹ ਪਹਿਲੀ ਸਟੇਜ ਹੈ ਕਿ ਲੋਕ ਸਰਕਾਰ ਤੋਂ ਸੰਤੁਸ਼ਟ ਨਹੀਂ। ਨਿਰਾਸ਼ਾ ਦਾ ਮਤਲਬ ਸੰਤੁਸ਼ਟ ਨਾ ਹੋਣਾ ਸਰਕਾਰ ਤੋਂ ਜੀ। ਪਹਿਲਾਂ ਉਹ ਸੰਤੁਸ਼ਟ ਨਾ ਹੁੰਦੇ ਅਤੇ ਉਹ ਆਪਣੀ ਅਸੰਤੁਸ਼ਟਤਾ ਜ਼ਾਹਰ ਕਰਦੇ ਹੈ ਜੀ। ਬਹੁਤ ਸਾਰੇ ਲੋਕ ਜਿਹੜੇ ਐਜੀਟੇਸ਼ਨਾਂ ਵਾਲੇ ਲੋਕ ਹੁੰਦੇ ਆ, ਮੁਲਾਜ਼ਮ ਲੋਕ ਹੈ, ਅੰਦੋਲਨਕਾਰੀ ਲੋਕ ਹੈ, ਜਾਂ ਜਿਹੜੇ ਸੁਚੇਤ ਲੋਕ ਆ, ਉਹ ਸੜਕਾਂ 'ਤੇ ਲੋਕ ਆ, ਉਹ ਸੜਕਾਂ 'ਤੇ ਨਿਕਲ ਆਉਂਦੇ, ਲੇਕਿਨ ਸਮਾਜ ਦਾ ਬਹੁਤ ਵੱਡਾ ਤਬਕਾ ਘਰਾਂ 'ਚ ਹੁੰਦਾ ਜੀ। ਘਰਾਂ ਵਾਲਿਆਂ ਨੂੰ ਮੌਕਾ ਉਦੋਂ ਹੀ ਮਿਲਦਾ ਜਦੋਂ ਉਹਨਾਂ ਨੇ ਵੋਟ ਪਾਉਣੀ ਹੁੰਦੀ ਹੈ ਜੀ। ਜੇ ਤਾਂ ਬਹੁਤ ਜ਼ਿਆਦਾ ਗੁੱਸੇ 'ਚ ਹੋਣ ਤਾਂ ਵੋਟ ਕਿਸੇ ਵੀ ਧਿਰ ਦੇ ਉਲਟ ਪਾ ਕੇ ਉਹਨੂੰ ਸੜਕ ਸਵਾਰ ਕਰ ਦਿੰਦੇ ਜੀ। ਅਤੇ ਜੇ ਅਜੇ ਕੋਈ ਧਿਰ ਨਵੀਂ ਨਵੀਂ ਹੋਵੇ, ਉਹਦੇ ਤੋਂ ਸੰਤੁਸ਼ਟ ਨਾ ਹੋਣ, ਅਤੇ ਫਿਰ ਉਹਨਾਂ ਕੋਲ ਇੱਕੋ ਹੀ ਹੁੰਦਾ ਵੀ ਚਲੋ ਕੋਈ ਨਹੀਂ, ਦੇਖੋ ਅਜੇ ਹੋਰ ਦੇਖ ਲਓ, ਫਿਰ ਉਹ ਵੋਟ ਕਈ ਵਾਰੀ ਪਾਉਂਦੇ ਨਹੀਂ ਜੀ। ਮੇਰੇ ਖਿਆਲ ਮੁਤਾਬਕ ਜਿਹੜੀ ਇਹ ਪੋਲਿੰਗ ਹੈ, ਇਹ ਪੋਲਿੰਗ ਸਰਕਾਰ ਪ੍ਰਤੀ ਜਿਹੜੀ ਲੋਕਾਂ ਦੀ ਅਸੰਤੁਸ਼ਟਤਾ, ਜਿਹੜੀ ਨਿਰਾਸ਼ਾ, ਉਹਦਾ ਨਤੀਜਾ ਪੋਲਿੰਗ ਘੱਟ ਪਈ ਜੀ। ਔਰ ਇਹ ਨਿਰਾਸ਼ਾ ਕੱਲ੍ਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੇ ਚਿਹਰੇ ਤੋਂ ਟਪਕਦੀ ਸੀ ਜੀ, ਉਹਦੇ ਐਕਸ਼ਨਾਂ ਤੋਂ ਟਪਕਦੀ ਸੀ,
ਭਗਵੰਤ ਸਿੰਘ ਮਾਨ ਨੇ ਜਦੋਂ ਦੁਪਹਿਰ ਵੇਲੇ ਤੱਕ ਦੇਖਿਆ ਕਿ ਵੋਟਾਂ ਪੂਰੀਆਂ ਨਹੀਂ ਪੈ ਰਹੀਆਂ, ਘੱਟ ਪੈ ਰਹੀਆਂ, ਤਾਂ ਉਹ ਇੱਕ ਟਵੀਟ ਕਰਦੇ ਆ ਜੀ, ਲੋਕ ਕੰਮ ਚੁਲਝੇ ਹੋਏ ਆ, ਝੋਨਾ ਲਾਉਂਦੇ ਆ ਜੀ, ਇੱਕ ਘੰਟਾ ਜਿਹੜਾ ਹੈਗਾ ਟਾਈਮ ਵਧਾ ਦਿੱਤਾ ਜਾਵੇ, 6 ਦੀ ਬਜਾਏ 7 ਵਜੇ ਤੱਕ ਕਰ ਦਿੱਤਾ ਜਾਵੇ। ਨਾਲ ਦੀ ਨਾਲ ਹੀ ਜੀ ਥੋੜ੍ਹੇ ਸਮੇਂ ਬਾਅਦ ਚੀਫ ਸੈਕਟਰੀ ਅਤੇ ਪੰਜਾਬ ਦਾ ਚੀਫ ਇਲੈਕਟੋਰਲ ਆਫਿਸਰ ਉਹ ਰਿਕੁਐਸਟ ਭੇਜ ਦਿੰਦੇ ਆ ਮੁੱਖ ਚੋਣ ਕਮਿਸ਼ਨਰ ਨੂੰ ਕਿ ਜੀ ਘੰਟਾ ਇੱਕ ਵਧਾ ਦਿਓ ਜੀ, ਲੋਕ ਜਿਹੜੇ ਹੈਗੇ ਝੋਨਾ ਲਾਉਂਦੇ ਆ। ਅਤੇ ਮੁੱਖ ਚੋਣ ਕਮਿਸ਼ਨ ਨੇ ਫਿਰ ਜਵਾਬ ਤਲਬ ਵੀ ਕੀਤੀ ਜੀ, ਚੋਣ ਕਮਿਸ਼ਨ ਪੁੱਛਦਾ ਹੈ ਕਿ ਤੁਹਾਨੂੰ ਹੁਣ ਸੁਰਤਾ ਹੀ ਹੈ ਕਿ ਇਹ ਕੰਮ ਦਾ ਮੌਕਾ ਹੈ ਜੀ, ਤੁਹਾਨੂੰ ਹੁਣ ਸੁਰਤਾ ਹੀ ਹੈ ਕਿ ਇੱਥੇ ਝੋਨਾ ਲੱਗਣਾ, ਇਹ ਗੱਲ ਤੁਸੀਂ ਪਹਿਲਾਂ ਕਿਉਂ ਨਹੀਂ ਸੋਚੀ ਜੀ? ਤੁਹਾਨੂੰ ਜੇ ਪਤਾ ਇਸ ਗੱਲ ਦਾ ਕਿ ਇਸ ਰੁੱਤ ਦੇ ਵਿੱਚ ਝੋਨਾ ਲੱਗਦਾ ਅਤੇ ਲੋਕ ਖੇਤਾਂ ਦੇ ਵਿੱਚ ਹੈ, ਇਹ ਫਿਰ ਤੁਸੀਂ 2 ਦਿਨ 4 ਦਿਨ ਹਫ਼ਤਾ 10 ਦਿਨ ਪਹਿਲਾਂ ਚੋਣ ਕਮਿਸ਼ਨ ਦੇ ਧਿਆਨ 'ਚ ਕਿਉਂ ਨਹੀਂ ਲਿਆਦਾ ਜੀ? ਜਵਾਬ ਮੰਗਿਆ ਸੀ, ਅੱਜ ਦੁਪਹਿਰ ਤੱਕ ਉਹਨਾਂ ਨੇ ਜਵਾਬ ਦੇਣਾ ਸੀ, ਪਤਾ ਨਹੀਂ ਕੀ ਜਵਾਬ ਦਿੱਤਾ ਹਾਲੇ ਤੱਕ ਮੈਨੂੰ। ਪਰ ਉਹਦੇ 'ਚੋਂ ਹੈ ਕਿ ਜਿਹੜੀ ਭਗਵੰਤ ਸਿੰਘ ਮਾਨ ਦੀ ਉਹਦੀ ਆਪਦੀ ਜਿਹੜੀ ਹੈਗੀ ਘਬਰਾਹਟ ਜੀ, ਉਹਦੇ ਅਫਸਰਾਂ ਦੀ ਘਬਰਾਹਟ ਜੀ, ਉਹ ਗੱਲ ਦੱਸਦੀ ਹੈ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਲੋਕ ਨਿਰਾਸ਼ ਆ, ਸਰਕਾਰ ਤੋਂ ਅਸੰਤੁਸ਼ਟ ਹੈ। ਔਰ ਇਹ ਤੋਂ ਬਾਅਦ ਜਿਹੜੀ ਅਗਲੀ ਫੋਰਮ ਹੁੰਦੀ ਹੈ ਜੀ ਨਿਰਾਸ਼ਾ ਦੀ, ਉਹ ਹੁੰਦੀ ਹੈ ਨਾਰਾਜ਼ਗੀ ਜੀ, ਅਤੇ ਨਾਰਾਜ਼ਗੀ ਤੋਂ ਬਾਅਦ ਫਿਰ ਜਿਹੜੀ ਅਗਲੀ ਫੋਰਮ ਹੁੰਦੀ ਹੈ ਉਹ ਹੁੰਦੀ ਹੈ ਨਫ਼ਰਤ। ਔਰ ਇਸ ਵੇਲੇ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ, ਇੱਕ ਪਾਰਟੀ ਅਜਿਹੀ ਹੈ ਜੀ ਜਿਹੜੀ ਪਾਰਟੀ ਦਾ ਇਤਿਹਾਸ ਬੜਾ ਲੰਬਾ ਹੈ ਜੀ, ਜਿਹੜੀ ਪਾਰਟੀ ਗੁਰਦੁਆਰਾ ਸੁਧਾਰ ਲਹਿਰ ਨੂੰ ਜਥੇਬੰਦ ਕਰਨ ਵਾਸਤੇ ਪੈਦਾ ਹੋਈ ਸੀ, ਜਨਮੀ ਸੀ ਜੀ। ਉਸ ਵੇਲੇ ਦੇ ਵੱਡੇ ਵੱਡੇ ਸਿੱਖ ਆਗੂਆਂ ਨੇ ਸੋਚਿਆ ਸੀ ਕਿ ਜੇ ਗੁਰਦੁਆਰਾ ਸੁਧਾਰ ਲਹਿਰ ਨੂੰ ਸੂਤਰਬੱਧ ਕਰਨਾ, ਇੱਕ ਜਥੇਬੰਦਕ ਤੌਰ 'ਤੇ ਬਣਾਉਣਾ ਹੈ, ਤਾਂ ਫਿਰ ਸਾਨੂੰ ਇੱਕ ਜਥੇਬੰਦਕ ਪਾਰਟੀ ਚਾਹੀਦੀ ਹੈ, ਇੱਕ ਪੋਲੀਟੀਕਲ ਪਾਰਟੀ ਚਾਹੀਦੀ ਹੈ ਜੀ। ਔਰ ਉਸ ਵੇਲੇ ਬਣੀ ਸੀ 1920 ਦੇ ਵਿੱਚ, ਅੱਜ ਤੋਂ 102 ਸਾਲ ਪਹਿਲਾਂ, ਅਕਾਲੀ ਦਲ ਨਾਂ ਦੀ ਇੱਕ ਪਾਰਟੀ ਜੀ, ਇਹ ਪਾਰਟੀ ਬਣੀ ਸੀ। ਇਸ ਪਾਰਟੀ ਨੇ ਬੜੀਆਂ ਮੱਲਾਂ ਮਾਰੀਆਂ, ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ, ਅੰਗਰੇਜ਼ਾਂ ਦੇ ਖਿਲਾਫ ਲੜਾਈ ਦੇ ਵਿੱਚ ਅੱਗੇ ਚੜ੍ਹ ਕੇ ਹਿੱਸਾ ਪਾਇਆ। ਇਸ ਪਾਰਟੀ ਨੇ ਭਾਸ਼ਾ ਦੇ ਆਧਾਰ 'ਤੇ ਸੂਬਾ ਬਣੇ ਜੀ, ਪੰਜਾਬੀ ਸੂਬੇ ਦੀ ਲੜਾਈ ਲੜੀ। ਇਸ ਪਾਰਟੀ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, ਸਾਰੇ ਹਿੰਦੁਸਤਾਨ ਦੇ ਵਿੱਚੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਲਗਭਗ ਸਰੈਂਡਰ ਕਰਤਾ ਸੀ ਜੀ। ਕਿਸੇ ਦੇ ਵਿੱਚ ਇਹ ਜ਼ਰੂਰਤ ਨਹੀਂ ਸੀ ਕਿ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਦੇ ਖਿਲਾਫ ਕੋਈ ਬੰਦਾ ਜ਼ਿੰਦਾਬਾਦ ਮੁਰਦਾਬਾਦ ਦੇ ਵੀ ਨਾਅਰੇ ਲਾ ਦਿੰਦਾ ਜੀ। ਸਿਰਫ ਅਤੇ ਸਿਰਫ ਅਕਾਲੀ ਦਲ ਸੀ ਜਿਹਨੇ 19 ਮਹੀਨੇ ਜਿੰਨੀ ਦੇਰ ਤੱਕ ਐਮਰਜੈਂਸੀ ਰਹੀ ਹੈ ਲੜਾਈ ਲੜੀ ਜੀ। ਔਰ ਆਖਰ ਜਦੋਂ ਐਮਰਜੈਂਸੀ ਖਤਮ ਹੋਈ ਤਾਂ ਫਿਰ ਮਤਲਬ ਜਿਹੜਾ ਹੈਗਾ ਉਹਨਾਂ ਦੇ ਮੋਰਚਾ ਖਤਮ ਹੋਇਆ ਸੀ ਜੀ। ਉਹ ਪਾਰਟੀ ਦਾ ਇਤਿਹਾਸ ਬੜਾ ਅਮੀਰ ਹੈ ਜੀ। ਉਹ ਪਾਰਟੀ ਜਿਹੜੀ ਹੈਗੀ ਹੈ ਬੜੇ ਅੰਦੋਲਨਾਂ ਦੇ ਵਿੱਚੋਂ ਨਿਕਲੀ ਹੋਈ ਹੈ। ਮੈਂ ਨਹੀਂ ਕਹੂੰਗਾ ਕਿ ਉਸ ਪਾਰਟੀ ਦੇ ਨਾਲ ਲੋਕਾਂ ਨੂੰ ਨਫ਼ਰਤ ਹੈ ਜੀ, ਲੇਕਿਨ ਉਹਦੀ ਉਸ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਇੰਨੀ ਜ਼ਿਆਦਾ ਨਫ਼ਰਤ ਹੋ ਗਈ ਲੋਕਾਂ ਨੂੰ ਜੀ ਕਿ ਉਸ ਪਾਰਟੀ ਦੀ ਲੀਡਰਸ਼ਿਪ ਨੇ ਆਪਦੀਆਂ ਤਸਵੀਰਾਂ ਵੀ ਨਹੀਂ ਲਵਾਈਆਂ ਜੀ। ਸੰਗਰੂਰ ਦੀ ਚੋਣ ਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਦੀਆਂ ਤਸਵੀਰਾਂ ਨਹੀਂ ਲੱਗੀਆਂ ਸੀ ਜੀ। ਇਹ ਕਿਉਂ ਨਹੀਂ ਲੱਗੀਆਂ ਸੀ? ਕਿਉਂਕਿ ਇੱਕ ਵਾਰੀ ਦਿੱਲੀ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਦੀਆਂ ਚੋਣਾਂ ਹੋਈਆਂ ਸੀ ਜੀ, ਮਨਜੀਤ ਸਿੰਘ ਜੀ ਕੇ ਨੇ ਉਦੋਂ ਕਹਿ ਦਿੱਤਾ ਸੀ, ਪ੍ਰਧਾਨ ਜੀ ਚੋਣਾਂ ਜਿੱਤ ਕੇ ਤੁਹਾਡੇ ਝੋਲੀ 'ਚ ਪਾ ਦਿਆਂਗੇ ਅਸੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਦਿੱਲੀ ਵਾਲੀ ਇਹਨੂੰ, ਅਤੇ ਕਿਰਪਾ ਕਰਕੇ ਅਸੀਂ ਤੁਹਾਡੀਆਂ ਤਸਵੀਰਾਂ ਨਹੀਂ ਲਾ ਸਕਦੇ ਕਿਉਂਕਿ ਸਿੱਖ ਜਗਤ ਤੁਹਾਡੀਆਂ ਤਸਵੀਰਾਂ ਦੇਖਣੀਆਂ ਨਹੀਂ ਚਾਹੁੰਦਾ ਜੀ। ਫਿਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਲੜਾਈ ਲੜੀ ਜੀ, ਜਿੱਤਿਆ ਮਨਜੀਤ ਸਿੰਘ ਕਲ ਜੀ ਕੇ ਵੀ, ਜਿੱਤਿਆ ਮਨਜਿੰਦਰ ਸਿੰਘ ਸਿਰਸਾ ਵੀ, ਲੇਕਿਨ ਤਸਵੀਰਾਂ ਉੱਥੋਂ ਗਾਇਬ ਸੀ। ਤਜਰਬਾ ਉਹ ਸੀ ਜੀ ਕਿ ਜੇ ਧੂਰੀ ਦੇ ਉੱਤੇ ਆਪਾਂ ਤਸਵੀਰਾਂ ਨਾ ਲਾਈਏ ਤਾਂ ਸ਼ਾਇਦ ਗੱਡੀ ਚੱਲ ਜੇ ਜੀ, ਕਿਉਂਕਿ ਕੈਂਡੀਡੇਟ ਹੈ ਬੀਬੀ ਕਮਲਦੀਪ ਕੌਰ ਜੀ, ਜਿਹੜੀ ਸਰਦਾਰ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਹੈਗੀ ਜੀ, ਵੀ ਇਹਦੇ ਨਾਲ 'ਤੇ ਵੋਟਾਂ ਮਿਲ ਜਾਣਗੀਆਂ। ਸੋ ਜਿਹੜੀ ਇਹ ਗੱਲ ਆਪਾਂ ਕਰ ਰਹੇ ਸੀ ਜੀ, ਇਹ ਇੱਕ ਪਾਰਟੀ ਦੀ ਜੇ ਹਾਲਤ ਇਹ ਹੋ ਜੇ ਤਾਂ ਇੱਥੋਂ ਪਤਾ ਲੱਗਦਾ ਨਿਰਾਸ਼ਾ, ਨਾਰਾਜ਼ਗੀ ਅਤੇ ਫਿਰ ਨਫ਼ਰਤ ਜੀ। ਹੁਣ ਵੱਡੀ ਗੱਲ ਇਹ ਕਿ ਲੋਕ ਇਹ 3.5 ਮਹੀਨਿਆਂ 'ਚ ਇੰਨੀ ਉਹਨਾਂ ਦੇ ਵਿੱਚ ਨਿਰਾਸ਼ਾ ਕਿਉਂ ਫੈਲ ਗਈ ਜੀ? ਇਹਦਾ ਵੱਡਾ ਕਾਰਨ ਹੈ ਕਿ ਲੋਕਾਂ ਨੂੰ ਜਿਹੜੇ ਪਹਿਲਾਂ ਲੋਲੀਪੋਪ ਦਿਖਾਏ ਸੀ ਕਿ ਤੁਹਾਨੂੰ ਆਹ ਦੇਵਾਂਗੇ, ਉਹ ਦਿੱਤੇ ਨਹੀਂ ਜੀ। ਇਹ ਗੱਲ ਕਹੀ ਸੀ ਕਿ ਜਿੱਦੇ ਸਾਡੀ ਸਰਕਾਰ ਬਣ ਗਈ, ਸਰਕਾਰ ਬਣਨ ਦੇ 24 ਘੰਟਿਆਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਜਿਹੜੇ ਦੋਸ਼ੀ ਹੈ
ਉਹ ਸਲਾਖਾਂ ਪਿੱਛੇ ਹੋਣਗੇ ਜੀ। ਕਿਸੇ ਹੋਰ ਨੇ ਨਹੀਂ ਕਿਹਾ ਸੀ, ਇਹ ਕੇਜਰੀਵਾਲ ਨੇ ਕਿਹਾ ਸੀ ਜੀ। ਉਹਨਾਂ ਨੇ ਕਿਹਾ ਸੀ ਪੜਤਾਲ ਮੁਕੰਮਲ ਹੋ ਚੁੱਕੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਰ ਲਈ ਹੈ ਜੀ, ਬਸ ਪਾਵਰ ਸਾਡੇ ਹੱਥ 'ਚ ਆਉਣ ਦੇ। ਤਾਂ ਦੇਖਿਓ ਸੀ ਪਾਵਰ ਰਾਹੀਂ ਤਾਂ 100 ਦਿਨ ਦੇ ਕਰੀਬ ਹੋਣ ਵਾਲੇ, ਅਤੇ ਉਹ ਤਾਂ ਦੰਦ ਲਾਉਂਦੇ ਫਿਰਦੇ ਜਿਹਨਾਂ ਦਾ ਨਾਂ ਲੈਂਦੇ ਸੀ ਜੀ, ਕਿੱਥੇ ਆ ਉਹ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਗੱਲ ਖੁਦ ਉਸੇ ਇਲੈਕਸ਼ਨ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਹੀ ਸੀ ਜੀ, ਕਿ ਸਬੂਤ ਮਿਲ ਗਏ ਸੀ ਵੇਲੇ ਦੀਆਂ ਸਰਕਾਰਾਂ ਨੇ ਬਚਾਇਆ ਬਾਦਲਾਂ ਨੂੰ ਜੀ, ਅਤੇ ਅੱਜ ਵੀ ਉਹਨਾਂ ਨੂੰ ਨਹੀਂ ਫੜਿਆ ਜਾ ਰਿਹਾ। ਕੁੰਵਰ ਵਿਜੇ ਪ੍ਰਤਾਪ ਕਹਿੰਦੇ ਕਿ ਸਰਕਾਰ ਨੇ ਉਹ ਅਫਸਰ ਉੱਚੇ ਅਹੁਦਿਆਂ 'ਤੇ ਲਾ ਦਿੱਤੇ ਜਿਨ੍ਹਾਂ ਅਫਸਰਾਂ ਨੇ ਮੇਰੇ ਵੱਲੋਂ ਕੀਤੀ ਹੋਈ ਇਨਕੁਆਇਰੀ ਨੂੰ ਸਾਬੋਤਾਜ ਕੀਤਾ ਸੀ ਜੀ। ਮੇਰੇ ਵੱਲੋਂ ਕੀਤੀ ਹੋਈ ਤਫਤੀਸ਼ ਦੀ ਜਿਹੜੀ ਚਾਰਜਸ਼ੀਟ ਸੀ ਉੱਤੇ ਦਸਖਤ ਨਹੀਂ ਕੀਤੇ ਸੀ ਜੀ। ਉਹ ਕਹਿੰਦੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਆਹ ਕੀ ਕੀਤਾ ਤੁਸੀਂ ਉਹਨਾਂ ਅਫਸਰਾਂ ਨੂੰ ਉੱਚੇ ਥਾਵਾਂ 'ਤੇ ਲਾਏ ਬੈਠੇ ਹੋ ਜੀ, ਪਰ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾ। ਤਾਂ ਹੁਣ ਇਹ ਦੇਖੋ ਕਿ ਨਿਰਾਸ਼ਾ ਪੈਦਾ ਕਿਉਂ ਨਾ ਹੋਵੇ ਜੀ। ਪੰਜਾਬ ਦੇ ਲੋਕਾਂ ਲਈ ਚਾਹੇ ਉਹ ਹਿੰਦੂ ਹੈ ਅਤੇ ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਸਰਬ ਉੱਚਾ ਹੈ। ਬਿਲਕੁਲ, ਗੁਰੂ ਗ੍ਰੰਥ ਸਾਹਿਬ ਦੀ ਸਾਰੇ ਸਤਿਕਾਰ ਕਰਦੇ। ਸਰਦਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਸੀ, ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਇੱਧਰ ਦੇ ਦਿਆਂਗੇ। ਭਗਵੰਤ ਸਿੰਘ ਮਾਨ ਉਹਨਾਂ ਨੇ ਕਹਿਤਾ ਸੀ ਜਿੱਦੇ ਮੇਰੇ ਹੱਥ 'ਚ ਹਰਾ ਪੈਨ ਆ ਗਿਆ ਉਦੋਂ ਤੁਹਾਨੂੰ ਟੈਂਕੀਆਂ 'ਤੇ ਚੜ੍ਹਨ ਦੀ ਲੋੜ ਨਹੀਂ ਪੈਣੀ, ਤੁਸੀਂ ਟੈਂਕੀਆਂ 'ਤੇ ਨਹੀਂ ਚੱਲੋਗੇ, ਤੁਸੀਂ ਸੜਕਾਂ ਤੋਂ ਹੀ ਨਹੀਂ ਨਿਕਲੋਗੇ, ਤੁਹਾਨੂੰ ਘਰੇ ਬੈਠਿਆਂ ਨੂੰ ਪੱਕੇ ਕਰ ਦਿਆਂਗੇ, ਤੁਹਾਨੂੰ ਘਰੇ ਬੈਠਿਆਂ ਨੂੰ ਨੌਕਰੀਆਂ ਦੇ ਦਿਆਂਗੇ। ਚਾਹੇ ਕੇਜਰੀਵਾਲ ਹੋਵੇ, ਚਾਹੇ ਭਗਵੰਤ ਸਿੰਘ ਮਾਨ ਹੋਵੇ, ਅਤੇ ਚਾਹੇ ਮੀਤ ਹੇਅਰ ਹੋਵੇ, ਇਹ ਸਾਰੇ ਦੇ ਸਾਰੇ ਲੋਕ ਮੋਹਾਲੀ ਦੀ ਇੱਕ ਟੈਂਕੀ ਦੇ ਉੱਤੇ ਚੜ੍ਹੇ, ਟੀਚਰਾਂ ਕੋਲ ਗਏ ਸੀ ਅਤੇ ਉਹਨਾਂ ਬੀਬੀਆਂ ਨੂੰ ਕਿਹਾ ਸੀ ਕਿ ਤੁਸੀਂ ਸਾਡੀਆਂ ਧੀਆਂ ਅਤੇ ਭੈਣਾਂ ਹੋ, ਆ ਜਾਓ ਨੀਚੇ ਉਤਰਿਆਓ। ਅਤੇ ਹੁਣ ਤੁਸੀਂ ਦੇਖੋ ਵੀ ਉਹੀ ਬੀਬੀਆਂ ਸੰਗਰੂਰ ਦੀਆਂ ਟੈਂਕੀਆਂ ਦੇ ਉੱਤੇ ਚੜ੍ਹੀਆਂ ਹੋਈਆਂ ਸੀ। ਇਹਦੇ ਤੋਂ ਪਤਾ ਲੱਗਦਾ ਕਿ ਲੋਕ ਜਿਹੜੀਆਂ ਉਹਨਾਂ ਨੂੰ ਰਿਆਇਤਾਂ ਦੇਣੀਆਂ, ਰਿਆਇਤਾਂ ਨਹੀਂ ਮੰਗਦੇ, ਲੋਕ ਆਪਣੇ ਹੱਕ ਮੰਗਦੇ ਜੀ। ਰਿਆਇਤਾਂ ਦੇ ਵਿੱਚ ਆ ਗਿਆ ਜੀ 1,000 ਰੁਪਈਆ ਬੀਬੀਆਂ ਦੇ ਖਾਤਿਆਂ 'ਚ ਪਾਇਆ ਕਰਾਂਗੇ, ਨਾਲ ਫਿਰ ਰਿਆਇਤਾਂ 'ਚ ਆ ਗਿਆ ਸੀ ਕੋਈ ਗੱਲ ਨਹੀਂ ਜੀ 1 ਜੁਲਾਈ ਤੋਂ ਤੁਹਾਨੂੰ ਮੁਫਤ ਬਿਜਲੀ ਵੀ ਦੇਵਾਂਗੇ। ਲੋਕਾਂ ਨੂੰ ਇਹ ਚੀਜ਼ਾਂ ਨਹੀਂ, ਗਰੰਟੀਆਂ ਦਿੰਦੇ ਸੀ, ਆਹ ਗਰੰਟੀ ਦਿੱਤੀ, ਆਹ ਗਰੰਟੀ ਕੰਧਾਂ ਭਰੀਆਂ ਪਈਆਂ ਸੀ ਗਰੰਟੀਆਂ ਦੇ ਨਾਲ। ਲੋਕਾਂ ਨੂੰ ਗਰੰਟੀਆਂ ਨਹੀਂ ਚਾਹੀਦੀਆਂ, ਲੇਕਿਨ ਲੋਕਾਂ ਨੂੰ ਜਿਹੜੇ ਬੁਨਿਆਦੀ ਮਸਲੇ ਹੈ ਉਹਨਾਂ ਦੇ ਬੁਨਿਆਦੀ ਜਿਹੜੇ ਰਾਈਟ ਆ ਉਹ ਮਿਲਣੇ ਚਾਹੀਦੇ, ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ। ਭਾਵਨਾਤਮਕ ਤੌਰ 'ਤੇ ਜਿੱਥੇ ਉਹ ਲੋਕ ਜੁੜੇ ਹੋਏ ਹੈ ਗੁਰੂ ਗ੍ਰੰਥ ਸਾਹਿਬ ਦੀ ਦੇ ਨਾਲ, ਅਤੇ ਉਹਦੀ ਬੇਅਦਬੀ ਅਤੇ ਬੇਅਦਬੀ ਦੇ ਵਿਰੋਧ ਪ੍ਰੋਟੈਸਟ ਕਰਨ ਵਾਲਿਆਂ ਦੇ ਉੱਤੇ ਜਿਹੜਾ ਤਸ਼ੱਦਦ ਹੋਇਆ, ਲੋਕ ਉਹਨਾਂ ਨੂੰ ਅੰਦਰ ਦੇਖਣਾ ਚਾਹੁੰਦੇ ਸੀ। ਸੋ ਇਹ ਜਿਹੜੀ ਨਿਰਾਸ਼ਾ ਹੈ ਹਾਲੇ ਤੱਕ, ਅਤੇ ਇਹ ਨਿਰਾਸ਼ਾ ਕੱਲ੍ਹ ਨੂੰ ਨਾਰਾਜ਼ਗੀ 'ਚ ਬਦਲ ਸਕਦੀ ਹੈ, ਅਤੇ ਉਹ ਤੋਂ ਬਾਅਦ ਫਿਰ ਨਫ਼ਰਤ। ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਹਾਂ, ਇੱਕ ਗੱਲ ਮੈਂ ਹੋਰ ਕਹੂੰਗਾ, ਦਿੱਲੀ ਕੁਛ ਹੋਰ ਹੈ ਅਤੇ ਪੰਜਾਬ ਹੋਰ ਹੈ, ਭਾਰਤ ਕੁਛ ਹੋਰ ਹੈ ਅਤੇ ਪੰਜਾਬ ਹੋਰ ਹੈ। ਬਿਲਕੁਲ, ਪੰਜਾਬ ਦਾ ਇਤਿਹਾਸ ਜਿਹੜਾ ਹੈਗਾ, ਇਹ ਇਤਿਹਾਸ ਜਿਹੜਾ ਹੈਗਾ ਬੜੇ ਗੈਰਤਮੰਦ ਲੋਕਾਂ ਦਾ ਇਤਿਹਾਸ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਜੀ, ਇਹ ਗੁਰਾਂ ਦੇ ਨਾਂ 'ਤੇ ਵਸਣ ਵਾਲਾ ਪੰਜਾਬ ਹੈ। ਇਸ ਪੰਜਾਬ ਨੇ ਮੁਗਲਾਂ ਦਾ ਮੁਕਾਬਲਾ ਕੀਤਾ, ਇਸ ਪੰਜਾਬ ਨੇ ਇਹਨਾਂ ਦਾ ਮੁਕਾਬਲਾ ਕੀਤਾ, ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਦਲਵੀਰ ਜੀ ਯਾਦ ਰੱਖੋ, 100 ਸਾਲ ਭਾਰਤ ਦੇ ਉੱਤੇ ਅੰਗਰੇਜ਼ਾਂ ਨੇ ਰਾਜ ਕੀਤਾ ਸੀ ਜੀ, ਲੇਕਿਨ ਉਹ ਪੰਜਾਬ ਕਨੀ ਝਾਕ ਨਹੀਂ ਸਕੇ ਸੀ। ਪੰਜਾਬ ਵੱਲ ਉਦੋਂ ਝਾਕੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਰਹੇ ਜੀ, ਜਦੋਂ ਸਿੱਖ ਰਾਜ ਖਤਮ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਸੀ ਉਦੋਂ ਝਾਕੇ ਸੀ, ਪੰਜਾਬ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਜੀ, 100 ਸਾਲ ਉਹਨਾਂ ਨੇ ਇੱਥੇ ਰਾਜ ਕੀਤਾ। ਲੇਕਿਨ ਇਸ 100 ਸਾਲ ਦੇ ਰਾਜ ਦਾ ਵੱਡਾ ਰਾਜ ਕੀ ਸੀ? ਵੱਡਾ ਰਾਜ ਇਹ ਸੀ ਕਿ ਅੰਗਰੇਜ਼ਾਂ ਨੇ ਆਪਣੇ ਵਿਦਵਾਨ ਲਿਆਂਦੇ ਜੀ, ਉਹਨਾਂ ਨੇ ਵਿਦਵਾਨਾਂ ਨੂੰ ਲਿਆ ਕੇ ਪੰਜਾਬ ਦੇ ਵਿੱਚ ਛੱਡਿਆ ਵੱਖ ਵੱਖ ਥਾਵਾਂ 'ਤੇ। ਉਹਨਾਂ ਨੇ ਕਿਹਾ ਇਹਨਾਂ ਦੇ ਇਤਿਹਾਸ ਦੀ ਖੋਜ ਕਰੋ ਜੀ, ਇਹਨਾਂ ਬੰਦਿਆਂ ਬਾਰੇ ਜਾਣਕਾਰੀ ਹਾਸਿਲ ਕਰੋ ਕਿ ਇਹਨਾਂ ਦਾ ਸੁਭਾਅ ਕਿਹੋ ਜਿਹਾ, ਇਹਨਾਂ ਲੋਕਾਂ ਨੂੰ ਅਸੀਂ ਬਿਨੋਵਰ ਕਿਵੇਂ ਕਰ ਸਕਦੇ ਹਾਂ। ਉਹਨਾਂ ਨੇ ਫਿਰ ਆ ਕੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਥੋੜ੍ਹੀ ਜਿਹੀ ਥਾਪੀ ਦੇ ਦਿਓ, ਵਾਹ ਬੜੇ ਬਹਾਦਰ ਹੋ ਅਤੇ ਭਾਵੇਂ ਇਹਨਾਂ ਦੀ ਜਾਣ ਲੈ ਲਓ ਜੀ, ਇਹਨਾਂ ਨੂੰ ਕਹਿ ਦਿਓ ਜੀ ਅਸੀਂ ਥੋੜ੍ਹਾ ਬੜਾ ਸਤਿਕਾਰ ਕਰਦੇ ਹਾਂ, ਥੋੜ੍ਹੀ ਇੱਜ਼ਤ ਕਰਦੇ ਹਾਂ, ਤੁਹਾਡੀ ਅਸੀਂ ਜਿਹੜੀ ਹੈਗੀ ਹੈ ਭਾਵਨਾਵਾਂ ਦੀ ਕਦਰ ਕਰਦੇ ਹਾਂ, ਇਹਨਾਂ ਦੀ ਜਾਣ ਲੈ ਲਓ, ਅਤੇ ਜੇ ਇਹਨਾਂ ਦੀ ਗੈਰਤ ਨੂੰ ਥੋੜ੍ਹਾ ਜਿਹਾ ਵੰਗਾਰਿਆ ਅਤੇ ਵੰਗਾਰਨ ਵਾਲੇ ਤਾਂ ਗਾਟਾ ਲਾ ਕੇ ਵੀ ਉਹ ਮਾਰ ਦੇ ਜੀ। ਇਹ ਉਹ ਪੰਜਾਬ ਹੈ, ਇਸ ਪੰਜਾਬ ਨੂੰ ਦਿੱਲੀ ਨਹੀਂ ਸਮਝਿਆ ਜਾ ਸਕਦਾ ਜੀ। ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਜਦੋਂ ਕੇਜਰੀਵਾਲ ਕੰਪੇਨ 'ਤੇ ਆਉਂਦਾ, ਪਹਿਲੀ ਗੱਲ ਤਾਂ ਪੰਜਾਬ ਦੀ ਕੰਪੇਨ ਕੇਜਰੀਵਾਲ ਨਹੀਂ ਕਰ ਸਕਦਾ ਜਿਹੜੀ ਭਗਵੰਤ ਮਾਨ ਕਰ ਸਕਦਾ ਜੀ। ਕੇਜਰੀਵਾਲ ਹੋਰਾਂ ਨੇ 2017 'ਚ ਕੰਪੇਨ ਕੀਤੀ ਸੀ, ਲੇਕਿਨ ਮੁੱਖ ਮੰਤਰੀ ਦਾ ਅਹੁਦੇਦਾਰ ਨਹੀਂ ਸੀ ਐਲਾਨਿਆ ਜੀ। ਕੇਜਰੀਵਾਲ ਹੋਰਾਂ ਨੇ 2022 ਦੇ ਵਿੱਚ ਕੰਪੇਨ ਕੀਤੀ, ਬਥੇਰੀ ਕੀਤੀ 2022 ਦੀਆਂ ਚੋਣਾਂ ਲਈ ਪਹਿਲਾਂ ਕੀਤੀ,
पर उन्नी देर तक उन्हां दी कंपेन सिखर ते नहीं पहुंची जिनी देर तक भगवंत सिंह मान दा मुख्यमंत्री वजों ऐलान नहीं किया। जिदे भगवंत सिंह मान दा मुख्यमंत्री वजों ऐलान कर दिता, तुसीं देखो पंजाब दी हालत की हो गई सी। फेर दिओ झाड़ू, चक लो झाड़ू, झाड़ू झाड़ी हो गई सी सारे पासे। लोग अज तक नहीं जानते कि उन्होंने MLA कौन है, लेकिन उन्होंने बनाते। हुण जदों उही केजरीवाल संगरूर सीट ते भगवंत सिंह मान दी सीट ते प्रचार करन आउंदा है, उह तां जिहड़ी सन रूफ दे विच दीवार खड़ा है, लोगों हाथ हिला के उन्होंने खैर मकदम करता है जी। तो भगवंत सिंह मान एक बॉडे जे सिपाही दे वांगू ने फड़ी भी है तुहाड़ी ताकी, तो उत्थे लमकी जांदा ते उत्तों दी गनमैन लमकी जांदी। ये चीज़ जिहड़ी हैगी दस्तार बन्नी होवे, एक दस्तारधारी गनमैन बनिया होवे टोपी दा, पंजाबी इत्थे बर्दाश्त नहीं करदी। जित जावे, भावें जित जे ते भावें हार जे, मैं नहीं ये कहिंदा जी, लेकिन मैं ये जरूर कहूँगा कि निराशा ते भगवंत सिंह मान नूं मौका संभालना चाहिए। आम आदमी पार्टी की पंजाब इकाई नूं मौका संभालना चाहिए कि दिल्ली की गुलामी ना चलो। जे दिल्ली की गुलामी के खिलाफ जी ने बंदे ने आवाज़ उठाई है, उन्हूं नुकरे लाता। जे असी बाकी वड्डी दिल्ली नूं छड्ड दईए जिहड़ी राजभाग कर दईए मोदी होर वाली, छोटी दिल्ली की गल भी देख लो। जिस वेले केजरीवाल ने मजीठिए तो माफ़ी मंगी सी जी, उस वेले सुखपाल सिंह खहरा पंजाब की विरोधी धिर का आगू हुंदा सी जी। सुखपाल सिंह खहरा, कंवर संधु, किन्ने सी 10-12 MLA ने कहा जी ये गल गलत है, सानू तुसीं पुछिया क्यों नहीं। चलो कहिंदे गल मुकदी है जी, तुसीं पंजाब की जिहड़ी पार्टी है इहनूं खुद मुख्तियारी दे दिओ जी, कि पंजाब के फैसले असीं आप लै लईए। उन्हां नूं खुद मुख्तियारी देने की थां दे उत्ते बाहर का रस्ता दिखाता सी जी। ये हुण अजे भी मौका इन्हां दे कोल संभलदा जी, कि दिल्ली का सत्कार करो, मान करो, आपकी लीडरशिप का जिहड़ा मान तारण बनता वह करो। पर यह की गल हुई कि पांच जिहड़े हैगे राज्यसभा के मैंबर दिल्ली वाले चुनणगे, पंजाब वाले नूं पुछी कोई ना। यह गल की हुई कि पंजाब की जिहड़ी हैगी है, तुसीं DC किने लगना, SSP किने लगना, ये जिहड़ा हैगा फैसला दिल्ली वाले करनगे। वड्डे अफसर किने लगना, ये दिल्ली वाले फैसले करनगे। ये चीज़ां जिहड़ियां जी, इन्हां चीज़ां ने लोकां दे मनां दे विच जिहड़ा सत्कार सी उह सत्कार घटाया, तो उहदा नतीजा यह होया है कि हाँ उहदा नतीजा यह होया है कि उहदा नतीजा होण दा यह है कि लोग थोड़ा जिहा दूर गए। राघव चड्ढा संगरूर नहीं आया सी। मैं ये नहीं कहता जी राघव चड्ढा संगरूर आ जाता तो कुछ वोटा बढ़ा दिता जी। राघव चड्ढा भी नहीं संगरूर गया, तो संगरूर हरसिमरत कौर बादल भी नहीं गई जी, दो लीडर नहीं गए। राघव चड्ढा सर क्यों नहीं आया? क्योंकि मेरा ख्याल भगवंत सिंह मान को पता लग गया कि इस बंदे की वजह कारण सातों बहुत दूर जा रही है जनता जी। तो जनता जदा जो एक बार नक् मुड़ जाए ना, फिर जनता उधर मूँह नहीं करती जी। ये चीज़ा देखनिया चाहिए। हूँ मैं ये दसो, खुदा ना खासता कल रिजल्ट नैगेटिव आ जाए तो फिर की बनूगा तुहाडे गुजरात का, तो की बनूगा तुहाडे हिमाचल प्रदेश का। जो केजरीवाल कहता जे हैं खड़े भगवंत सिंह, इन्होंने पंजाब में करप्शन खत्म कर दी, तो फिर लोग पूछेंगे जे करप्शन खत्म करती, जे नतीजा उल्टा गया, तो यह दसो केजरीवाल जी कि संगरूर सीट से फिर क्यों नहीं जीत सके? ये बहुत वड्डे जिहड़े हैगे आ जिहड़ी है ना, यही चीज़ मैं कहना पंजाब नूं समझण दी लोड़ आ। पंजाबीयत दी जिहड़ी गैरत है उहनूं समझण दी लोड़ आ। पंजाब दे विच बहुत, चलो कोई मेरे वर्गे मौका प्रस्त भी हुंदे है, लेकिन पंजाब दे विच आपां देखीए तां पंजाब 'च करतार सिंह सराभा भी पैदा होया, पंजाब दे विच दुल्ला भट्टी भी पैदा होया, ते पंजाबियां ने राजे पोर्स की अगवाई दे विच सिकंदर दा भी नक मोड़ता सी, तो जिहड़ा सिकंदर दुनिया नूं जितण दा सुपना लैके आया सी, ते उहनूं पंजाब तों ब्यास तों पछाह मुड़ना पै गया सी। इस करके पंजाबी जे घोड़े ते बिठाउण जाणदे, हाथी ते बिठाउण जाणदे, ते फिर ये लाउण भी जाणदे, ये गल याद रखनी चाहीदी। इस करके आ जिहड़ा धड़कणा वधण लगियां कि होऊगा की, धड़कणा वधण दा कारण इह कि पता लग गया 3 महीनिआं दे विच 30% लोक मूँह मोड़ लैण, 30% इलैक्शन 'च हिस्सा ना लैण। पहला तो यह आया कि 37% वोटा पोर हो गए, अज पता हो लगे थोड़ा जि आई है, जो मुकम्मल मेरे को अंकड़ा तो है नहीं, कहते 45% हो गई। जे 45% हो गए तो 75% 45% 30% घट गई। ये घटन का फिर कारण तो है ना कोई, तो कारण जे आप जिक्र किए होर भी होणगे, ये भी मुख कारण है जी। पंजाबियों का गुस्सा ही नहीं, पंजाबियों की चुप भी मार दें जी।
ਨਹੀਂ ਗੁੱਸਾ ਜਿਹੜਾ ਚੁੱਪ ਦੇ ਰੂਪ ਦੇ ਵਿੱਚ, ਕਿਉਂਕਿ ਪੰਜਾਬੀ ਜਿਹੜੇ ਹੈਗੇ ਆ ਚੁੱਪ ਚੁੱਪ ਦੇ ਵਿੱਚ ਵੀ ਬਹੁਤ ਕੁਛ ਪਿਆ ਹੁੰਦਾ ਜੀ, ਚੁੱਪ ਦੇ ਵਿੱਚ ਵੀ ਕੁਛ ਪਿਆ ਹੁੰਦਾ, ਕਿਉਂਕਿ ਅੱਜ ਕੱਲ੍ਹ ਪੜ੍ਹਾਈ ਲਿਖਾਈ ਦਾ ਦੌਰ ਆ ਗਿਆ, ਪੜ੍ਹਾਈ ਲਿਖਾਈ ਦੇ ਦੌਰ ਦੇ ਵਿੱਚ ਲੋਕਾਂ ਦੇ ਵਿੱਚ ਚੇਤਨਤਾ ਆ ਜਾਂਦੀ ਹੈ ਵੀ ਕਾਹਨੂੰ ਵਿਗਾੜਨੀ ਹੈ। ਕਈ ਵਾਰੀ ਹੁੰਦੀ ਹੈ ਕਿ ਆਪਾਂ ਲੋਕਲ ਪੱਧਰ 'ਤੇ ਨਾ ਵਿਗਾੜੀਏ। ਹਾਂ, ਇੱਕ ਗੱਲ ਤੁਸੀਂ ਦੇਖੋ, ਇਹ ਪਹਿਲਾ ਮੌਕਾ ਪੰਜਾਬ ਦੇ ਵਿੱਚ ਜੀ। ਪਿਛਲੀ ਵਾਰੀ ਤਾਂ ਕਹਿੰਦੇ ਸੀ ਜੀ ਚੜ੍ਹਾਈ ਹੈ ਤਾਂ ਨਹੀਂ, ਐਤਕੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕੋਈ ਰੁਪਈਆ ਨਹੀਂ ਵੰਡਿਆ ਜੀ, ਕਿਸੇ ਨੇ ਕੋਈ ਦਾਰੂ ਨਹੀਂ ਵੰਡੀ, ਕਿਸੇ ਨੇ ਕੋਈ ਭੁੱਖੀ ਨਹੀਂ ਵੰਡੀ। ਔਰ ਜਿਹੜੇ ਮੁਕਾਬਲੇ 'ਚ ਬੰਦੇ ਆਉਣ ਵਾਲੀ ਗੱਲ ਹੈ, ਮੁਕਾਬਲੇ ਦੇ ਵਿੱਚ ਕੌਣ ਕੌਣ ਹੈ ਹੁਣ ਇਸ ਵੇਲੇ? ਬੰਦੇ ਤਾਂ 16 ਹੈ ਜੀ, ਪਾਰਟੀਆਂ ਦੇ 5 ਹੈ, ਪਰ ਜਿਹੜਾ ਅਸਲ ਮੁਕਾਬਲਾ, ਅਸਲ ਮੁਕਾਬਲਾ ਤਾਂ ਦੋ ਬੰਦਿਆਂ ਦਰਮਿਆਨ ਹੀ ਹੈ ਨਾ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਮੇਲ ਸਿੰਘ ਘਰਾਚੋਂ ਅਤੇ ਦੂਜੇ ਪਾਸੇ ਬੁੱਢਾ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ, ਦੋਨਾਂ ਦੇ ਦਰਮਿਆਨ ਹੈ। ਅਤੇ ਸਿਮਰਜੀਤ ਸਿੰਘ ਮਾਨ ਬਾਰੇ ਤਾਂ ਆਪਾਂ ਜਾਣਦੇ ਹਾਂ, ਉਹ ਤਾਂ ਕਦੇ ਵੀ ਉਹਨੇ ਇਲੈਕਸ਼ਨ ਲੜੀ ਹੈ ਅਤੇ ਕਦੇ ਵੀ ਉਹਨੇ ਕੋਈ ਇਸ ਕਿਸਮ ਦੀ ਨਹੀਂ ਗੱਲ ਕੀਤੀ ਵੀ ਆਹ ਲਓ ਜੀ ਆਹ ਵੰਡ ਦਿਓ ਤੁਸੀਂ ਲੋਕਾਂ ਨੂੰ ਪੈਸੇ, ਵੰਡ ਦਿਓ ਅਤੇ ਆਹ ਵੰਡ ਦਿਓ ਵੰਡ ਦਿਓ, ਤਾਂ ਹੈ ਹੀ ਨਹੀਂ, ਨਾ ਉਹਨਾਂ ਕੋਲ ਹੈ ਅਤੇ ਨਾ ਉਹ ਲਾ ਸਕਦੇ ਜੀ। ਰੁੱਖ ਕਰਦੇ ਹਾਂ ਜੀ ਮਹਾਰਾਸ਼ਟਰ ਦਾ। ਸ਼ਿਵ ਸੈਨਾ ਗੱਠਜੋੜ ਛੱਡ ਸਕਦੀ ਹੈ ਜੇ ਬਾਗੀ ਵਿਧਾਇਕ 24 ਘੰਟਿਆਂ 'ਚ ਮੁੰਬਈ ਪਰਤਣ, ਇਹ ਕਹਿਣਾ ਜੀ ਸੰਜੇ ਰਾਊਤ ਦਾ। ਵੈਸੇ ਦੇਖੋ ਗੱਲ ਹੈ ਵੀ ਸੰਜੇ ਰਾਊਤ ਜਿਹੜੇ ਹੈਗੇ ਸਾਹਮਣਾ ਅਖਬਾਰ ਦੇ ਐਡੀਟਰ, ਜਿਹੜਾ ਸ਼ਿਵ ਸੈਨਾ ਦਾ ਮਾਊਥ ਪੀਸ ਹੈ ਜੀ, ਇਹਦੇ ਨਾਲ ਜੇ ਆਪਾਂ ਦੇਖੀਏ ਤਾਂ ਰਾਜ ਸਭਾ ਦਾ ਮੈਂਬਰ ਵੀ ਹੈ ਜੀ, ਔਰ ਠਾਕਰੇ ਪਰਿਵਾਰ ਦੇ ਬਾਲਾ ਸਾਹਿਬ ਤੋਂ ਲੈ ਕੇ ਉਹ ਅੱਜ ਤੱਕ ਬਹੁਤ ਕਰੀਬੀ ਹੈ ਅਤੇ ਬੜਾ ਵਫ਼ਾਦਾਰ ਹੈ ਜੀ। ਉਹਨੇ ਕੱਲ੍ਹ ਇੱਕ ਬਿਆਨ ਦੇ ਦਿੱਤਾ ਸੀ ਅਤੇ ਉਸ ਬਿਆਨ ਨੇ ਕਾਫੀ ਹਲਚਲ ਪੈਦਾ ਕਰਤੀ ਸੀ, ਕਿਉਂਕਿ ਜਿਹੜੇ ਏਕਨਾਥ ਸ਼ਿੰਦੇ ਹੈ ਜਿਹੜੇ ਅਗਵਾਈ ਕਰ ਰਹੇ ਆ ਬਾਗੀ ਵਿਧਾਇਕਾਂ ਦੀ, ਉਹਨਾਂ ਨੇ ਕਿਹਾ ਸੀ ਜੀ ਹੁਣ ਸਾਨੂੰ ਜਿਹੜੀ ਮਹਾਂ ਵਿਕਾਸ ਅਗਾੜੀ ਹੈ, ਖਾਸ ਕਰ ਜਿਹੜਾ ਉਹ ਗੱਠਜੋੜ ਹੈ ਕਾਂਗਰਸ ਅਤੇ NCP, ਇਹਨੂੰ ਛੱਡ ਕੇ ਤਾਂ ਸਾਨੂੰ BJP ਦੇ ਨਾਲ ਗੱਠਜੋੜ ਕਰਨਾ ਚਾਹੀਦਾ ਜੀ। BJP ਨਾਲ ਗੱਠਜੋੜ ਕਿਉਂ ਕਰਨਾ ਚਾਹੀਦਾ ਇਹਦਾ ਆਪਾਂ ਕਾਰਨ ਜਾਣਦੇ ਹਾਂ, ਕਿਉਂਕਿ ਸਾਰੇ ਬੰਦੇ ਜਿਹੜੇ ਰਾਜਨੀਤੀ ਦੇ ਵਿੱਚ ਹੁੰਦੇ ਆ, ਤੁਹਾਨੂੰ ਪਤਾ ਵੀ ਉਹਨਾਂ ਦੀ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਇੱਕ ਹਲਫੀਆ ਬਿਆਨ ਪੇਸ਼ ਕਰਦੇ ਹੁੰਦੇ ਆ ਕਿ ਮੇਰੇ ਕੋਲ ਪ੍ਰੋਪਰਟੀ ਕੀ ਹੈ ਜੀ, ਕੰਮ ਕੋਈ ਨਹੀਂ ਕਰਦਾ ਪਰ ਪ੍ਰੋਪਰਟੀ ਕਈਆਂ ਦੀ ਮਤਲਬ ਕਈ ਗੁਣਾ ਜ਼ਿਆਦਾ ਵੱਧ ਜਾਂਦੀ ਹੁੰਦੀ ਹੈ। ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਦਾ ਜਿਹੜੀ ਪੁੱਛ ਪੜਤਾਲ ਕਰਨ ਵਾਸਤੇ ਇੱਕ ਕੇਂਦਰ ਦੀ ਏਜੰਸੀ ਹੈ ED, ਅਤੇ ED ਜਦੋਂ ਗੇੜਾ ਦਿੰਦੀ ਹੈ ਉਹ ਤੁਸੀਂ ਦੇਖ ਹੀ ਲਓ, ਜਿਹੜਾ ਰਾਹੁਲ ਗਾਂਧੀ ਨੂੰ ਕਿੰਨੇ ਦਿਨਾਂ 'ਚ ਉਹਨੂੰ ਭੰਬਲ ਭੂਸੇ ਪਾ ਕੇ ਰੱਖਿਆ ਸੀ ਜੀ, ਉਹਨੂੰ ਥਕਾ ਦਿੱਤਾ, ਇਹ ਸਾਰਿਆਂ ਨੇ ਆਪਾਂ ਦੇਖਿਆ ਹੀ ਹੈ। ਅਤੇ ਉਹ ED ਦੀ ਵਜ੍ਹਾ ਕਾਰਨ ਸ਼ਾਇਦ ਉੱਤੋਂ ਹੁਕਮ ਆ ਗਿਆ ਹੋਵੇ ਕਿ ਭਾਈ ਬਾਕੀ ਗੱਲ ਠੀਕ ਹੈ, ਰਾਸ਼ਟਰਪਤੀ ਦੀ ਚੋਣ ਵੀ ਆ ਗਈ, ਤੁਹਾਡੀਆਂ ਵੋਟਾਂ ਵੀ ਚਾਹੀਦੀਆਂ, ਅਤੇ ਨਾਲ ਫਿਰ ਆਪਾਂ ਮਿਲ ਕੇ ਸਰਕਾਰ ਇੱਥੇ ਬਣਾਈਏ, ਬਣਾਓ ਜਿਹੜਾ ਹੈਗਾ ਤੁਹਾਡਾ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ, ਅਤੇ ਤੂੰ ਬਣ ਜਾ ਡਿਪਟੀ ਮੁੱਖ ਮੰਤਰੀ। ਉਹਨੇ ਕਈ ਸ਼ਰਤ ਰੱਖੀ ਸੀ ਸਾਨੂੰ ਵੀ ਕਰ ਲੈਣਾ ਚਾਹੀਦਾ ਜੀ, ਅਤੇ ਫਿਰ ਇਹਨੇ ਸੋਚ ਵਿਚਾਰ ਤੋਂ ਬਾਅਦ ਜਿਹੜਾ ਉਹਨੇ ਸੰਜੇ ਰਾਊਤ ਨੇ ਦਿੱਤਾ ਬਿਆਨ, ਉਹਨੇ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਮਹਾਂ ਵਿਕਾਸ ਅਘਾੜੀ ਨੂੰ ਛੱਡਣ ਨੂੰ ਤਿਆਰ ਹਾਂ, ਅਸੀਂ ਰਾਜ ਭਾਗ ਦੀ ਚਾਬੀ ਵੀ ਤੁਹਾਨੂੰ ਦੇਣ ਨੂੰ ਤਿਆਰ ਹਾਂ, ਲੇਕਿਨ ਇਹ ਲੜਾਈ ਜਿਹੜੀ ਆ ਗੁਹਾਟੀ ਤੋਂ ਬੈਠ ਕੇ ਨਹੀਂ ਹੁੰਦੀ, 24 ਘੰਟਿਆਂ ਦੇ ਵਿੱਚ ਇੱਥੇ ਆ ਜਾਓ ਜੀ, ਅਤੇ ਆ ਕੇ ਸ਼ਰੇਆਮ ਆ ਕੇ ਕਹੋ ਮੁੱਖ ਮੰਤਰੀ ਨੂੰ ਅਸਤੀਫਾ ਦੇ ਦਿੱਤੇ, ਉਹਨੇ ਅਸਤੀਫਾ ਦੇ ਦੇਣਾ। ਵੈਸੇ ਵੀ ਮੁੱਖ ਮੰਤਰੀ ਨੇ ਜਿਹੜਾ ਸੀ ਵਰਸ਼ਾ ਸਰਕਾਰੀ ਰਿਹਾਇਸ਼ ਆ ਉਹ ਛੱਡ ਕੇ ਅਤੇ ਉਹ ਆਪਣੀ ਮਾਤੋ ਸ਼੍ਰੀ ਆਪਣੇ ਪਰਿਵਾਰਕ ਰਿਹਾਇਸ਼ ਦੇ ਵਿੱਚ ਆ ਗਿਆ ਸੀ। ਇਹਦੇ 'ਤੇ ਕਾਂਗਰਸ ਪਾਰਟੀ 'ਚ ਵੀ ਕਾਫੀ ਗੜਬੜ ਜੀ ਹੋ ਗਈ ਜੀ, ਵੀ ਇਹ ਤਾਂ ਜੀ ਸਾਨੂੰ ਗੱਠਜੋੜ ਤੋੜ ਰਿਹਾ, ਨੈਸ਼ਨਲਿਸਟ ਕਾਂਗਰਸ ਪਾਰਟੀ, ਸ਼ਰਦ ਪਵਾਰ ਹੋਰੀ ਵੀ ਸੋਚਣ ਲੱਗ ਗਏ, ਪਰ ਹੁਣ ਉਹਨਾਂ ਨੇ ਥੋੜ੍ਹਾ ਜਿਹਾ ਬਦਲਤਾ ਕੰਮ ਜੀ। ਅੱਜ ਉਹਦਾ ਬਿਆਨ ਆ ਗਿਆ ਜੀ ਠਾਕਰੇ ਸਾਹਿਬ ਦਾ, ਉਹ ਕਹਿੰਦਾ ਮੈਂ ਮੁੱਖ ਮੰਤਰੀ ਨਿਵਾਸ ਛੱਡਿਆ ਅਤੇ ਜੇ ਮੁੱਖ ਮੰਤਰੀ ਦਾ ਉਹਦਾ ਨਹੀਂ ਛੱਡਿਆ ਜੀ, ਇਹ ਸਟ੍ਰੈਟਜੀ ਹੈ, ਇਹ ਦਾਅ ਪੇਚ ਹੈ, ਪਤਾ ਨਹੀਂ ਕੀ ਹੋਊ। ਔਰ ਸ਼ਰਦ ਪਵਾਰ ਦਾ ਇੱਕ ਬਿਆਨ ਆਇਆ ਜਿਹਨੂੰ ਮੈਂ ਬਹੁਤ ਮਹੱਤਵ ਦਿੰਦਾ ਜੀ, ਸ਼ਰਦ ਪਵਾਰ ਨੇ ਕਹਿ ਦਿੱਤਾ ਕਿ ਫੈਸਲਾ ਉਧਵ ਠਾਕਰੇ ਦਾ ਕੀ ਹੋਣਾ, ਇਹ ਫੈਸਲਾ ਅਸੈਂਬਲੀ ਦੀ ਫਲੋਰ 'ਤੇ ਹੋਣਾ ਜੀ, ਵਿਧਾਨ ਸਭਾ ਦੇ ਪਟਲ 'ਤੇ ਹੋਣਾ ਜੀ, ਕਿਹਦੇ ਪੱਲੇ ਕੀ ਹੈ। ਅਤੇ ਨਾਲ ਉਹਨੇ ਕਿਹਾ ਵੀ ਆ ਜਾਓ ਕੋਈ ਨਹੀਂ ਵਿਧਾਨ ਸਭਾ 'ਚ, ਸਾਡੇ ਕੋਲ ਬਹੁਮਤ ਦਾ ਜੁਗਾੜ ਹੈਗਾ ਜੀ, ਸਾਡੇ ਕੋਲ ਬਹੁਮਤ ਹੈਗਾ। ਸੋ ਲੜਾਈ ਡਾਢੀ ਹੈ, ਦੂਰ ਤੱਕ ਜਾ ਰਹੀ ਹੈ, ਪਰ ਫਿਰ ਵੀ ਮੇਰੇ ਖਿਆਲ ਮੁਤਾਬਕ ਵੀ ਇਹ ਪਹਿਲਾਂ ਵੀ ਬੜੇ ਵਾਰੀ ਹੋਇਆ। ਪਰ ਇੱਕ ਗੱਲ ਯਾਦ ਰੱਖੋ ਤੁਸੀਂ ਕਿ ਕੱਲ੍ਹ ਉਹਨੇ ਆਪਣੇ ਮਾਤੋ ਸ਼੍ਰੀ ਦੇ ਵਿੱਚ ਮੀਟਿੰਗ ਕੀਤੀ ਹੈ ਉਧਵ ਠਾਕਰੇ ਨੇ, ਅਤੇ ਮੀਟਿੰਗ ਕਰਨ ਤੋਂ ਪਹਿਲਾਂ ਹੀ ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਵਾਗੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਜੀ, ਲੋਕਾਂ ਨੇ ਮਤਲਬ ਜਿਹੜੇ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ ਸੀ। ਅਤੇ ਮੈਨੂੰ ਇਹ ਜਾਪਦੀ ਵੀ ਜਦੋਂ ਉਹਨਾਂ ਨੇ ਬੰਬੇ 'ਚ ਆਉਣਾ ਹੈ ਉਦੋਂ ਤੱਕ ਲੋਕਾਂ ਨੇ ਜਿਹੜਾ ਹੈਗਾ ਸੜਕਾਂ 'ਤੇ ਨਿਕਲ ਆਉਣਾ ਹੈ, ਔਰ ਕਹਿ ਵੀ ਦਿੱਤਾ ਆਪਣੇ ਠਾਕਰੇ ਨੇ, ਉਹ ਕਹਿੰਦਾ ਮੇਰੀ ਤਸਵੀਰ ਲਾਏ ਤੋਂ ਬਗੈਰ ਅਤੇ ਮੇਰਾ ਨਾਂ ਲਏ ਤੋਂ ਬਗੈਰ ਲੋਕ ਬਚ ਨਹੀਂ ਸਕਦੇ।
ਜਿਹੜੇ ਵਾਕੀ ਹੈ ਨਾ ਵਾਕੀ ਉਹਨੂੰ ਕਿਸੇ ਨੇ ਤੁਰਨ ਦਾ ਲੜਾਈ ਚੱਲੀ ਜਾਂਦੀ ਹੈ ਜੀ, ਪਰ ਉਮੀਦ ਹੈ ਵੀ ਅਗਲੇ 2-4 ਦਿਨਾਂ ਦੇ ਵਿੱਚ ਇਹਦਾ ਕੋਈ ਨਾ ਕੋਈ ਤਨ ਪਤਨ ਲੱਗ ਜਾਣਗੇ ਜੀ। ਢਿੱਲੋਂ ਸਾਹਿਬ ਚਰਚਿਤ ਕੇਸ ਆ ਕਤਲ ਦਾ, ਲਾਰੈਂਸ ਬਿਸ਼ਨੋਈ ਹੀ ਹੈ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸੂਤਰਧਾਰ ਪੰਜਾਬ ਪੁਲਿਸ ਦਾ ਕਹਿਣਾ, ਕਿਵੇਂ ਦੇਖਦੇ ਹੋ? ਬਿਲਕੁਲ, ਪੰਜਾਬ ਪੁਲਿਸ ਦੇ ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਦੇ ਮੁਖੀ ਹੈ ਮਿਸਟਰ ਪ੍ਰਮੋਦ ਬਾਨ ਜੀ। ਪ੍ਰਮੋਦ ਬਾਨ ਹੋਰਾਂ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਮੈਂ ਕਹੂੰਗਾ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈਗੀ ਜੀ, ਕਿਉਂਕਿ ਅਜੇ ਤੱਕ ਗੱਲ ਕਿਸੇ ਸਰੀਰ ਨਹੀਂ ਲੱਗੀ। ਕਿਉਂ ਕਰਨੀ ਪੈਗੀ? ਕਿਉਂਕਿ 2 ਦਿਨ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਹੈ ਮਿਸਟਰ ਹਰਗੋਬਿੰਦ ਸਿੰਘ ਧਾਲੀਵਾਲ ਜੀ, ਪੰਜਾਬੀ ਹੈ, ਬਹੁਤ ਸੋਹਣੀ ਪੰਜਾਬੀ ਬੋਲਦੇ ਆ। ਪਹਿਲਾਂ ਉਹਨਾਂ ਨੇ ਹਿੰਦੀ ਅੰਗਰੇਜ਼ੀ ਦੇ ਵਿੱਚ ਵੀ ਇੰਟਰਵਿਊਜ਼ ਦਿੱਤੀਆਂ ਸੀ, ਅਤੇ 2 ਦਿਨ ਪਹਿਲਾਂ ਜਿਹੜੀ ਉਹਨਾਂ ਨੇ ਇੰਟਰਵਿਊ 1-2 ਚੈਨਲਾਂ ਨੂੰ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਠੇਠ ਪੰਜਾਬੀ 'ਚ ਗੱਲਾਂ ਬਾਤਾਂ ਕੀਤੀਆਂ, ਔਰ ਠੇਠ ਪੰਜਾਬੀ ਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਅਸੀਂ ਉਸ ਗੈਂਗ ਦੇ ਜਿਹੜੇ ਹੈਗੇ ਕੁਝ ਸੂਤਰਧਾਰਾਂ ਨੂੰ ਫੜਿਆ ਅਤੇ ਉਹਨਾਂ ਤੋਂ ਕਾਫੀ ਅਸਲਾ ਵੀ ਬਰਾਮਦ ਕਰ ਲਿਆ ਜੀ। ਉਹਨਾਂ ਨੇ ਇਹ ਵੀ ਸਪਸ਼ਟ ਕਰ ਲਿਆ ਕਿ ਇਹ ਅਸਲਾ ਉਹ ਹੈ ਜਿਹੜਾ ਉਹਨਾਂ ਕੋਲ ਰਿਜ਼ਰਵ ਸੀ ਜੀ, ਕਿ ਜੇ ਸਿੱਧੂ ਮੂਸੇਵਾਲੇ ਦੇ ਉੱਤੇ ਹਮਲਾ ਅਸਫਲ ਹੁੰਦਾ ਹੈ, ਬੰਦੂਕਾਂ ਵਾਲਾ, ਗੰਨਾਂ ਵਾਲਾ, ਤੁਹਾਡਾ ਇਹਦੇ ਵਾਲਾ, ਪਿਸਤੌਲਾਂ ਵਾਲਾ, ਤਾਂ ਉਹ ਤੋਂ ਬਾਅਦ ਫਿਰ ਗ੍ਰਨੇਡ ਵਗੈਰਾ ਵੀ ਸੁੱਟੇ ਜਾ ਸਕਦੇ, ਉਹ ਸੀ ਉਹਨਾਂ ਨੇ ਉਹ ਬਰਾਮਦ ਕਰ ਲਿਆ ਜੀ। ਉਹਨਾਂ ਨੇ ਉਹਨਾਂ ਦੀ ਮੋਡਸ ਓਪਰੈਂਡੀ ਕੀ ਹੈ, ਕਿਵੇਂ ਉਹ ਕੰਮ ਕਰਦੇ ਆ, ਕੀ ਕੁਛ ਆ, ਉਹ ਸਾਰਾ ਕੁਛ ਦੱਸਦਾ। ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਅਸੀਂ ਪੰਜਾਬ ਪੁਲਿਸ ਨੂੰ ਪਹਿਲਾਂ ਵੀ ਸੂਚਿਤ ਕੀਤਾ ਸੀ ਜਦੋਂ ਸ਼ਾਹਰੁਖ ਨੂੰ ਗ੍ਰਿਫਤਾਰ ਕੀਤਾ ਕਿ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਹੋ ਸਕਦਾ ਜੀ। ਸੰਦੀਪ ਨੰਗਲ ਅੰਬੀਆਂ ਕਬੱਡੀ ਦਾ ਖਿਡਾਰੀ ਸੀ, ਉਹਦਾ ਮਰਡਰ ਹੋ ਗਿਆ ਸੀ, ਉਹ ਕਹਿੰਦਾ ਉਹ ਵੀ ਤਾਂ ਅਸੀਂ ਟਰੇਸ ਕੀਤਾ ਜੀ, ਉਹ ਅਸੀਂ ਪੰਜਾਬ ਪੁਲਿਸ ਨੂੰ ਦੱਸਦਾ ਸੀ। ਇਹ ਸਾਰੀਆਂ ਗੱਲਾਂ ਕਰਕੇ ਜਿਹੜੀ ਉਹਨੇ ਗੱਲ ਕੀਤੀ ਅਤੇ ਉਹਨੇ ਕਿਸੇ ਹੱਦ ਤੱਕ ਇਹ ਦੱਸਿਆ ਕਿ ਸਾਡੀ ਪੁਲਿਸ ਜਿਹੜੀ ਹੈ ਦਿੱਲੀ ਦੀ ਪੁਲਿਸ ਹੈ ਬੜੀ ਕਾਬਲ ਹੈ ਜੀ, ਅਤੇ ਪੰਜਾਬ ਦੀ ਪੁਲਿਸ ਬੇਕਾਰ ਹੈ। ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹੂੰਗਾ ਕਿ ਕਈ ਵਾਰੀ ਤੁਹਾਡੀ ਜਿਹੜੀ ਮਿਸ ਹੈਂਡਲਿੰਗ ਹੈ ਨਾ ਜੀ, ਉਹ ਫੋਰਸ ਦੇ ਦਰਮਿਆਨ ਦੁਸ਼ਮਣੀ ਪੈਦਾ ਕਰਦੀ ਜੀ। ਇੱਥੇ ਇੱਕ ਮਾਮਲਾ ਹੋਇਆ ਸੀ, ਅਰਵਿੰਦ ਕੇਜਰੀਵਾਲ ਦੇ ਖਿਲਾਫ ਕੁਝ ਗੱਲਾਂ ਕਹੀਆਂ ਉਹਦੇ ਪੁਰਾਣੇ ਸਾਥੀਆਂ ਦੋਸਤਾਂ ਨੇ, ਅਤੇ ਉਹਦੀ ਵਜ੍ਹਾ ਕਾਰਨ ਇੱਕ FIR ਦਰਜ ਹੋਈ ਸੀ ਕੁਮਾਰ ਵਿਸ਼ਵਾਸ ਦੇ ਖਿਲਾਫ਼। ਕੁਮਾਰ ਵਿਸ਼ਵਾਸ ਕੇਜਰੀਵਾਲ ਦਾ ਬੜਾ ਕਰੀਬੀ ਰਿਹਾ, ਉਹ ਵੀ ਕਵੀ ਸੀ ਜਿਵੇਂ ਇਹ ਸੈਲੀਬ੍ਰਿਟੀ ਹੈ, ਉਹ ਵੀ ਸੈਲੀਬ੍ਰਿਟੀ ਸੀ। ਔਰ ਇੱਕ ਅਲਕਾ ਲਾਂਬਾ ਜੀ, ਉਹ ਵੀ MLA ਰਹੀ ਆਮ ਆਦਮੀ ਪਾਰਟੀ ਦੀ, ਅੱਜ ਕੱਲ੍ਹ ਉਹ ਕਾਂਗਰਸ ਦੇ ਵਿੱਚ ਹੈ, ਉਹ ਵੀ ਉਹਨਾਂ ਦੇ ਖਿਲਾਫ਼ ਇੱਕ ਕੇਸ ਰਜਿਸਟਰ ਕੀਤਾ ਸੀ ਜੀ। ਇੱਕ ਕੇਸ ਰਜਿਸਟਰ ਕੀਤਾ ਸੀ ਮਿਸਟਰ ਤਜਿੰਦਰ ਬੱਗਾ, ਜਿਹੜਾ BJP ਦਾ ਆਗੂ ਹੈ ਜੀ, ਔਰ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਵਾਸਤੇ ਪੰਜਾਬ ਪੁਲਿਸ ਦੀ ਇੱਕ ਟੀਮ ਜਾਂਦੀ ਹੈ ਜੀ, ਅਤੇ ਉਹ ਟੀਮ ਕਿੱਡੀ ਕਾਹਲੀ ਨਾਲ ਗਈ ਅਤੇ ਕਿੱਡੀ ਕਾਹਲੀ ਨਾਲ ਉਹਨੂੰ ਤੋਰਿਆ, ਇਹਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਉਸ ਟੀਮ ਨੇ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੋਮਵਰਕ ਹੀ ਨਹੀਂ ਕੀਤਾ ਸੀ ਜੀ। ਕਿਸੇ ਬੰਦੇ ਨੂੰ ਬਾਹਰਲੀ ਸਟੇਟ 'ਚੋਂ ਤੁਸੀਂ ਗ੍ਰਿਫਤਾਰ ਕਰਨ ਵਾਸਤੇ ਜਾਣਾ ਹੈ ਤਾਂ ਤੁਹਾਨੂੰ ਉੱਥੇ ਉਹਦਾ ਵਾਰੰਟ ਲੈ ਕੇ ਜਾਣਾ ਪੈਂਦਾ। ਉਹ ਵਾਰੰਟ ਲੈ ਕੇ ਨਹੀਂ ਗਏ ਸੀ, ਉਹਨੂੰ ਚੁੱਕਿਆ ਅਤੇ ਲੈ ਕੇ ਆ ਗਏ। ਇੱਕ ਡਰਾਮਾ ਕੀਤਾ ਵੀ ਜਾ ਕੇ ਆਪਾਂ ਇੱਕ ਥਾਣੇ 'ਚ DSP ਭੇਜਤਾ ਜੀ, ਉਹ DSP ਜਦੋਂ ਅਸੀਂ ਚੱਕ ਲਾਂਗੇ ਤਾਂ ਉਦੋਂ ਦੱਸ ਦੂਗਾ ਆਪਸ ਮੇਂ ਤਾਲਮੇਲ ਕਰਕੇ ਕਿ ਲਓ ਜੀ ਸਾਡੀ ਇੰਟਰੀ ਪਾ ਲਓ, ਅਸੀਂ ਉਹਨੂੰ ਲੈਣ ਵਾਸਤੇ ਆਏ। ਪਰ ਉਹ ਤੋਂ ਪਹਿਲਾਂ ਹੀ ਤਜਿੰਦਰ ਬੱਗੇ ਦੇ ਪਿਓ ਨੇ ਰੌਲਾ ਪਾਤਾ ਕਿ ਜੀ ਮੇਰੇ ਮੁੰਡੇ ਨੂੰ ਕਿਡਨੈਪ ਕਰਕੇ ਲੈ ਗਏ। ਦਿੱਲੀ ਪੁਲਿਸ ਜਿਹੜੀ ਉਹ ਸਿੱਧੀ ਕੇਂਦਰ ਦੇ ਮਤਹਿਤ ਹੈ, ਉਹਨਾਂ ਨੇ ਇਮੀਡੀਏਟ ਉਹਨੂੰ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਔਰ ਦਿੱਲੀ ਦੀ ਕੋਰਟ ਤੋਂ ਲਿਆ ਉਹਦਾ ਵਾਰੰਟ, ਸਰਚ ਵਾਰੰਟ, ਅਤੇ ਨਾਲ ਦੀ ਨਾਲ ਸਰਕੂਲੇਟ ਕਰਤਾ ਬਾਕੀ ਸਟੇਟਾਂ 'ਚ ਕਿ ਬੰਦੇ ਨੂੰ ਪੁਲਿਸ ਚੱਕ ਕੇ ਲੈ ਗਈ। ਹਰਿਆਣੇ ਵਾਲਿਆਂ ਨੇ ਪੰਜਾਬ ਦੀ ਪੁਲਿਸ ਨੂੰ ਘੇਰ ਲਿਆ, ਤਜਿੰਦਰ ਬੱਗੇ ਨੂੰ ਆਪਦੀ ਕਸਟੱਡੀ 'ਚ ਲੈ ਲਿਆ, ਦਿੱਲੀ ਦੀ ਪੁਲਿਸ ਆਈ ਤਾਂ ਉਹਨਾਂ ਦੇ ਸਪੁਰਦ ਕਰਤਾ। ਇੱਥੇ ਆਪਾਂ ਦਬਾ ਪਟੀਸ਼ਨ ਪਾਤੀ ਹਾਈ ਕੋਰਟ ਦੇ ਵਿੱਚੋਂ, ਪਟੀਸ਼ਨ ਉੱਡ ਗਈ। ਜਦੋਂ ਪਟੀਸ਼ਨ ਉੱਡ ਗਈ ਫਿਰ ਵਾਰੰਟ ਲੈ ਲਏ, ਵਾਰੰਟ ਲੈ ਕੇ ਅਤੇ ਜੇ ਦੁਬਾਰਾ ਗੱਲ ਕੀਤੀ ਹਾਈ ਕੋਰਟ 'ਚ, ਮਾਮਲਾ ਫਿਰ ਗਿਆ, ਉਹ ਉੱਥੇ ਉੱਡ ਗਿਆ ਜੀ। ਸੋ ਉਹਦੇ ਨਾਲ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਦੀ, ਉਹਦਾ ਕਿਰਕਰੀ ਹੋਈ ਹੋਈ, ਅਤੇ ਨਾਲ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਦਰਮਿਆਨ ਇੱਕ ਕਿਸਮ ਦਾ ਟਕਰਾਅ ਪੈਦਾ ਹੋ ਗਿਆ ਜੀ। ਔਰ ਮੇਰਾ ਮੰਨਣਾ ਹੈ, ਮੈਨੂੰ ਪਤਾ ਇਸ ਗੱਲ ਦਾ, ਕਿ ਸ਼ਾਇਦ ਭਗਵੰਤ ਸਿੰਘ ਮਾਨ ਦੇ ਧਿਆਨ 'ਚ ਵੀ ਨਾ ਇਹ ਗੱਲ ਹੋਵੇ ਜੀ ਕਿ ਇਹ ਹੋ ਰਹੀ ਹੈ, ਅਤੇ ਫਿਰ ਕਰਵਾਈ ਕੀ ਨਹੀਂ। ਇਹ ਉਹੀ ਕਰਵਾਈ ਜਿਹੜੇ ਕੇਜਰੀਵਾਲ ਨੂੰ ਖੁਸ਼ ਕਰਨ ਦੇ ਉੱਤੇ ਲੱਗੇ ਹੋਏ ਆ ਬੰਦੇ, ਸਪੈਸ਼ਲ ਜਿਹੜੇ ਸੁਪਰ CM ਬਣਾ ਕੇ ਬਿਠਾਏ ਹੋਏ ਆ ਚੰਡੀਗੜ੍ਹ 'ਚ ਜੀ, ਕਰਵਾਈ ਉਹਨਾਂ ਦੀ ਸੀ, ਅਤੇ ਉਹਦੇ ਨਾਲ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ। ਹੁਣ ਬਾਨ ਸਾਹਿਬ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਜੀ ਇਹ ਸਾਰਾ ਕੁਛ, ਉਹਨਾਂ ਨੇ 2-3 ਗੱਲਾਂ ਕਹੀਆਂ ਕਿ ਸੂਤਰਧਾਰ ਇਹੀ ਸੀ। ਉਹਨਾਂ ਨੇ ਕਿ ਇਹ ਜਿਹੜਾ ਹੈਗਾ ਲਾਰੈਂਸ ਬਿਸ਼ਨੋਈ, ਇਹ ਬਹੁਤ ਜ਼ਿਆਦਾ ਖਫਾ ਸੀ ਸਿੱਧੂ ਮੂਸੇਵਾਲੇ ਨਾਲ, ਕਦੋਂ ਤੋਂ, ਜਦੋਂ ਤੋਂ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ ਸੀ। ਉਹ ਕਹਿੰਦੇ ਵੀ ਇਹਨਾਂ ਨੂੰ ਡਾਊਟ ਸੀ ਕਿ ਉਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਹੱਥ ਸੀ, ਲੇਕਿਨ ਉਹ ਨਹੀਂ ਹੈ, ਇਹ ਤਾਂ ਆਪਾਂ ਨੂੰ ਪਤਾ ਵੀ ਉਹਦਾ ਹੱਥ ਨਹੀਂ ਹੈਗਾ ਜੀ। ਪਰ ਕਹਿੰਦੇ ਉਦੋਂ ਤੋਂ ਹੀ ਉਹਨੇ ਇੱਕ ਯੋਜਨਾ ਬਣਾਈ ਸੀ ਕਿਹਦੇ ਨਾਲ ਮਿਲ ਕੇ, ਇੱਕ ਤਾਂ ਗੋਲਡੀ ਬਰਾੜ ਜਿਹੜਾ ਕੈਨੇਡਾ 'ਚ ਬੈਠਾ ਉਹਦੇ ਨਾਲ,
ਦੋ ਇੱਕੋ ਦਾ ਭਰਾ ਅਤੇ ਇੱਕੋ ਦਾ ਭਾਣਜਾ ਚਾਰ ਬੰਦਿਆਂ ਦੀ ਸਾਰੀ ਇਹ ਯੋਜਨਾ ਸੀ ਅਤੇ ਉਸ ਯੋਜਨਾ ਦੇ ਨਾਲ ਫਿਰ ਉਹਨਾਂ ਨੇ ਬੰਦਿਆਂ ਦਾ ਪ੍ਰਬੰਧ ਕੀਤਾ ਅਤੇ ਕਈ ਵਾਰੀ ਅਟੈਕ ਕਰਨ ਦਾ ਫੈਸਲਾ ਕੀਤਾ। ਇਹ ਕਹਿੰਦੇ ਆ ਬਾਣ ਸਾਹਿਬ ਵੀ ਉਹ ਕਈ ਦਿਨ ਪਹਿਲਾਂ ਹੀ ਇੱਥੇ ਆ ਗਏ ਸੀ ਵੀ ਅਸੀਂ ਆਪਾਂ ਇਸ ਓਪਰੇਸ਼ਨ ਨੂੰ ਜਿਹੜਾ ਹੈਗਾ ਅੰਜਾਮ ਦੇਣਾ। ਔਰ ਇਹ ਵੀ ਗੱਲ ਉਹਨਾਂ ਨੇ ਦੱਸੀ ਹੈ ਕਿ ਅਸਲ ਦੇ ਵਿੱਚ ਉਹਨੇ ਆਪਣੇ ਭਰਾ ਨੂੰ ਅਤੇ ਭਾਣਜੇ ਨੂੰ ਪਹਿਲਾਂ ਹੀ ਬਾਹਰ ਕੱਢਤਾ ਸੀ ਜਾਲੀ ਪਾਸਪੋਰਟਾਂ ਦੇ ਆਧਾਰ ਦੇ ਉੱਤੇ ਇੱਥੇ ਰਹਿ ਗਏ ਸੀ। ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ 'ਤੇ ਅਜੇ ਤੱਕ ਪ੍ਰਤੀਕਰਮ ਕੋਈ ਨਹੀਂ ਆਇਆ ਅਤੇ ਪ੍ਰਤੀਕਰਮ ਖੈਰ ਆ ਵੀ ਨਹੀਂ ਸਕਦਾ ਕਿਉਂਕਿ ਸਿੱਧੂ ਮੂਸੇਵਾਲਾ ਤਾਂ ਇਸ ਦੁਨੀਆਂ 'ਚ ਰਿਹਾ ਨਹੀਂ ਵਿਚਾਰੇ ਨੇ, ਉਹਦਾ ਕਿਹਨੇ ਕਰਨਾ ਸੀ। ਦੂਜੇ ਪਾਸੇ ਜੇ ਦੇਖੀਏ ਲਾਰੈਂਸ ਬਿਸ਼ਨੋਈ ਇਹਨਾਂ ਦੀ ਕਸਟੱਡੀ ਦੇ ਵਿੱਚ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਉਲਟਾ ਇਹ ਇਲਜ਼ਾਮ ਲਾ ਦਿੱਤਾ ਕਿ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਟੋਰਚਰ ਕਰਦੀ ਹੈ ਔਰ ਉਹਨੂੰ ਜਿਹੜੀਆਂ ਹਦਾਇਤਾਂ ਅਦਾਲਤਾਂ ਦੀਆਂ ਉਹਨੂੰ ਉਹ ਫੋਲੋ ਨਹੀਂ ਕਰ ਰਹੀ ਅਤੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਇਹਦੀ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਦੀ ਕਾਰਵਾਈ ਦੇ ਖਿਲਾਫ਼ ਇੱਕ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ। ਉਹਨਾਂ ਨੇ ਇਹ ਗੱਲ ਕਹੀ ਹੈ, ਖੈਰ ਦੇਖਦੇ ਹਾਂ ਅਗਲੇ ਦਿਨਾਂ ਦੇ ਵਿੱਚ ਕੀ ਗੱਲ ਸਾਹਮਣੇ ਆਉਂਦੀ ਹੈ। ਜੀ ਢਿੱਲੋ ਸਾਹਿਬ, ਗਰਲਫ੍ਰੈਂਡ ਨਾਲ ਬੇਵਫਾਈ ਪ੍ਰਿਆਵਰਤ ਫੌਜੀ ਨੂੰ ਪਈ ਮਹਿੰਗੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਵੈਸੇ 'ਚ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਪੁਰਾਣੇ ਜ਼ਮਾਨੇ 'ਚ ਆਪਾਂ ਦੇਖੀਏ ਜਦੋਂ ਡਕੈਤ ਹੁੰਦੇ ਸੀ ਜੀ, ਜਦੋਂ ਬਦਮਾਸ਼ ਹੁੰਦੇ ਸੀ ਅਤੇ ਉਹਨਾਂ ਦੇ ਕੋਲ ਇੱਕ ਗੁਰ ਹੁੰਦਾ ਸੀ, ਉਹਨਾਂ ਦੇ ਜਿਹੜੇ ਉਸਤਾਦ ਉਹਨਾਂ ਨੂੰ ਗੁਰ ਦਿੰਦੇ ਹੁੰਦੇ ਸੀ ਕਿ ਜਦੋਂ ਤੁਸੀਂ ਆਪਣਾ ਘਰ ਬਾਰ ਛੱਡਤਾ ਬਾਹਰ ਆ ਗਏ ਅਤੇ ਜੁਰਮ ਦੀ ਦੁਨੀਆਂ 'ਚ ਪੈ ਗਏ ਉਦੋਂ ਬਗਾਨੀ ਔਰਤ ਤੋਂ ਬਚ ਕੇ ਰਹੋ ਜੀ, ਬਗਾਨੀ ਔਰਤ ਦੇ ਸੰਪਰਕ 'ਚ ਨਾ ਆ ਜਾਓ। ਜਦੋਂ ਬੰਦਾ ਬਗਾਨੀ ਔਰਤ ਦੇ ਸੰਪਰਕ 'ਚ ਆ ਜਾਂਦਾ ਹੈ ਜੀ, ਸਮਝ ਲਓ ਫਿਰ ਉਹ ਬਹੁਤਾ ਲੰਬਾ ਸਮਾਂ ਬਚ ਨਹੀਂ ਸਕਦਾ, ਉਹਨੇ ਪੱਟੇ ਜਾਣੇ ਜੀ। ਔਰ ਇਹਦੇ 'ਚ ਜੋ ਹੁਣ ਖਬਰ ਆਈ ਹੈ, ਉਹ ਖਬਰ ਆਈ ਹੈ ਕਿ ਜਿਹੜਾ ਇਹ ਪ੍ਰਿਆਵਰਤ ਹੈ ਇਹਦੀ ਕਿਸੇ ਬੀਬੀ ਦੇ ਨਾਲ ਦੋਸਤੀ ਹੁੰਦੀ ਸੀ, ਉਹਦੀ ਗਰਲਫ੍ਰੈਂਡ ਸੀ ਜੀ। ਉਦੋਂ ਅਗਾਂਹ ਇੱਕ ਹੋਰ ਗਰਲਫ੍ਰੈਂਡ ਬਣ ਗਈ, ਫਿਰ ਅੱਗੇ ਬਣ ਗਈ, ਤਿੰਨ ਗਰਲਫ੍ਰੈਂਡਾਂ ਸੀ ਜੀ। ਜਦੋਂ ਇੱਥੋਂ ਇਹ ਜਾ ਕੇ ਗੁਜਰਾਤ ਦੇ ਵਿੱਚ ਬੈਠਾ ਅਤੇ ਗੁਜਰਾਤ ਦੇ ਵਿੱਚ ਬੈਠ ਕੇ ਜਾ ਕੇ ਇਹਨੇ ਆਪਦਾ ਕੀਤਾ ਕਿ ਉੱਥੋਂ ਫਿਰ ਕਿਹਨੇ ਸੰਪਰਕ ਸਾਧਨੇ ਸ਼ੁਰੂ ਕਰਤੇ ਜੀ ਆਪਣੀਆਂ ਗਰਲਫ੍ਰੈਂਡਸ ਦੇ ਨਾਲ। ਜਿਹੜੀ ਪਹਿਲੀ ਗਰਲਫ੍ਰੈਂਡ ਸੀ ਉਹਨੂੰ ਪਤਾ ਲੱਗ ਗਿਆ ਕਿ ਮੈਥੋਂ ਬਗੈਰ ਇਹਦੇ ਜੀਵਨ ਦੇ ਵਿੱਚ ਦੋ ਬੀਬੀਆਂ ਹੋਰ ਵੀ ਹੈ ਜੀ। ਉਹ ਖਫਾ ਹੋ ਗਈ ਅਤੇ ਉਹਨੇ ਖਫਾ ਹੋ ਕੇ ਜਾ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ, ਪੁਲਿਸ ਨੂੰ ਕਿਹਾ, ਇਨਫੋਰਮ ਕਰਤਾ ਕਿ ਮੇਰੇ ਉਹ ਸੰਪਰਕ 'ਚ ਹੈ, ਕਿੱਥੇ ਹੈ ਕੋਈ ਪਤਾ ਨਹੀਂ। ਦਿੱਲੀ ਦੀ ਸਪੈਸ਼ਲ ਬ੍ਰਾਂਚ ਹੈ ਜਿਹੜੀ, ਸਪੈਸ਼ਲ ਬ੍ਰਾਂਚ ਹੈ ਜਿਹੜੀ, ਪੁਲਿਸ ਸਪੈਸ਼ਲ ਗਰੁੱਪ ਹੈ, ਉਹਨਾਂ ਨੇ ਉਸ ਬੀਬੀ ਦੇ ਟੈਲੀਫੋਨ ਦੇ ਉੱਤੇ ਸਰਵੀਲੈਂਸ ਲਾ ਦਿੱਤੀ ਜੀ। ਜਦੋਂ ਸਰਵੀਲੈਂਸ ਲਾ ਦਿੱਤੀ ਪਤਾ ਲੱਗ ਗਿਆ ਕਿ ਬੰਦਾ ਗੁਜਰਾਤ 'ਚ ਬੈਠਾ ਹੈ ਜੀ, ਅਤੇ ਫਿਰ ਚੱਲ ਪਈ ਪੁਲਿਸ ਫੋਰਸ ਵਿੱਚ ਉਹਨੂੰ ਚੱਕੀਏ। ਤੁਸੀਂ ਦੇਖਿਆ ਹੁਣ ਹਰਗੋਬਿੰਦ ਸਿੰਘ ਧਾਲੀਵਾਲ ਜਦੋਂ ਬੋਲਦੇ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਅਸਲ ਕਾਤਲ ਆ ਜਿਨ੍ਹਾਂ ਨੇ ਗੋਲੀਆਂ ਮਾਰ ਗਏ ਫੜ ਅਸੀਂ ਉਹਨਾਂ ਨੂੰ ਵੀ ਲੈਂਦੇ, ਪਰ ਥੋੜ੍ਹਾ ਜਿਹਾ ਰੇਡ ਲੇਟ ਹੋ ਗਈ ਜੀ। ਰੇਡ ਇਸ ਕਰਕੇ ਲੇਟ ਹੋ ਗਈ ਕਿ ਦਿੱਲੀ ਤੋਂ ਚੱਲ ਕੇ ਗੁਜਰਾਤ ਪਹੁੰਚਣਾ, ਜੇ ਤਾਂ ਕਿਤੇ ਹੋਰ ਨੇੜੇ ਬੈਠੇ ਹੁੰਦੇ, ਦਿੱਲੀ 'ਚ ਬੈਠੇ ਹੁੰਦੇ ਤਾਂ ਫਿਰ ਤਾਂ ਸਾਰੇ ਚੁੱਪੇ ਜਾਂਦੇ ਜੀ। ਉਹ ਕਿਉਂਕਿ ਉਹ ਆਪਦੇ ਟਿਕਾਣੇ 'ਤੇ ਬੈਠਾ ਸੀ, ਬਾਕੀ ਟਿਕਾਣੇ ਤੋਂ ਹੱਲ ਗਏ, ਉਹਨੂੰ ਚੁੱਕ ਲੈਂਦਾ ਅਤੇ ਲੈ ਆਉਂਦਾ। ਤਾਂ ਇੱਥੇ ਮੇਰਾ ਬਸ ਇਹੀ ਮੰਨਣਾ ਹੈ ਕਿ ਜਿਹੜੇ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਸੀਂ ਅਪਰਾਧ ਦੀ ਦੁਨੀਆ 'ਚ ਪੈਂਦੇ ਹੋ ਆਪਦਾ ਘਰ ਬਾਰ ਛੱਡ ਦਿਓ, ਉਦੋਂ ਪਰਾਈ ਔਰਤ ਤੋਂ ਬਚ ਕੇ ਰਹੋ। ਬਿਲਕੁਲ ਢਿੱਲੋ ਸਾਹਿਬ, ਚਰਚਿਤ ਖਬਰਾਂ 'ਤੇ ਤੁਹਾਡੀ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਅਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਮੁੱਕਦਾ ਹੈ। ਹੁਣ ਦਰਸ਼ਨ ਹੋਣਗੇ ਤੁਹਾਡੇ ਇੱਕ ਨਵੇਂ ਪ੍ਰੋਗਰਾਮ ਨਾਲ ਸੋਮਵਾਰ ਨੂੰ। ਤਦ ਤੱਕ ਲਈ ਦਲਬੀਰ ਬਰਾੜ ਨੂੰ ਦਿਓ ਆਗਿਆ, ਸੁਣਦੇ ਰਹੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ। ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-469-2000 ਜਾਂ ਫਿਰ ਕਾਲ ਕਰੋ 204-770-0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ, ਆ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ
Fuel Stop. Arlington Fuel Stop, 1801 Pioneer Street Highway, Exit 208 te, jithe tuhanu free coffee, free fax service, free truck parking, roti, theka, laundry, shower te truckan da hor vi saman assani naal milega. Hune call karo 360-652-6066 yani 360-652-6066. Ye do location to sevaan pradan karde ne. Second location, Lost Hill Travel Center, 14814 Elm Street, Lost Hills. Phone number 601-7973-44. ट्रकिंग वाले वीरो ध्यान नाल सुनो ट्रक जिद्दां दा भी चलाउने हो मैनुअल जा ऑटोमेटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care Truck Lube!